ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਵੇਖ ਰਹੇ ਹੋ ਤੁਸੀਂ ਆਪਣਾ ਸੁਰਖੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਨਿਸ਼ਾਨ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੇ ਵੀਡੀਓ ਇਸ ਤਰ੍ਹਾਂ ਇਸ ਡੇਰੇ ਦੇ ਵਿਊ ਤੋਂ ਜਿਹੜਾ ਨਾ ਸਾਰੇ ਦੋਸਤ ਬਾਬ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਔਰ ਫਾਲੋਅਰ ਨੇ ਸਾਰੇ ਜਾਣਦੇ ਨੇ ਕਿ ਮੰਗਲ ਵਾਲੇ ਦਿਨ ਜਿਹੜਾ ਨਾ ਇਹ ਮਲਕ ਅਫਜ਼ਾਲ ਲੜੀ ਵਾਲੇ ਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੁੰਦੀ ਪਈ ਹੈ। ਤਾਂ ਅਲਹਮਦੁਲਿਲਾ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਦੇ ਨੇ ਹਮੇਸ਼ਾ ਦੀ ਵੀਡੀਓ ਦੀ ਤਰ੍ਹਾਂ ਜਿਹੜਾ ਨਾ ਅੱਜ ਵਾਲੀ ਵੀਡੀਓ ਹੈ ਨਾ ਇਸ ਵੀਡੀਓ ਦੇ ਵਿੱਚ ਵੀ ਜਨਾਬ ਝੋਟੀਆਂ ਲੱਗਣੀਆਂ ਨੇ ਚਾਰੇ ਝੋਟੀਆਂ ਜਿਹੜੀਆਂ ਸ਼ੌਕੀਨ ਝੋਟੀਆਂ ਨੇ ਔਰ ਝੋਟੀਆਂ ਜਿਹੜੀਆਂ ਨੇ ਨਾ ਇਹ ਵੇਖਣੀਆਂ ਨੇ ਭਰਾਵਾਂ ਨੇ ਨਜਾ ਕੇ ਸੀਟ ਬੈਲਟ ਬੰਨ ਕੇ ਜਿਹੜਾ ਨਾ ਔਰ ਝੋਟੀਆਂ ਪਸੰਦ ਆਵਣ ਤੇ ਨੰਬਰ ਜਿਹੜਾ ਨਾ ਇਹ ਮਲਕ ਸਾਹਿਬ ਦਾ ਸਕਰੀਨ ਤੇ ਲਾ ਜਾਣਾ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫੈਨ ਕਰਨਾ। ਬਾਕੀ ਵੀਡੀਓ ਦਾ ਐਡਰੈਸ ਅੰਜੇ ਕਜ਼ੁੱਲਾ ਜਿਹੜਾ ਜੀ ਗੁਜਰਾਤ ਹੈ ਤਹਿਸੀਲ ਜਿਹੜੀ ਇਹਨਾਂ ਦੀ ਖਾਰੀਆਂ ਤੇ ਪਿੰਡ ਜਿਹੜਾ ਜੀ ਇਹਨਾਂ ਦਾ ਮਲਕਪੁਰ ਲੜੀ ਹੈ ਲੋਕੇਸ਼ਨ ਇਹਨਾਂ ਦੀ ਇਸ ਤਰ੍ਹਾਂ ਕਿਸੇ ਵੀ ਭਰਾਵਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਗੁਲਿਆਣੇ ਔਰ ਗੁਲਿਆਣੇ ਤੋਂ ਅੱਗੇ ਜਿਹੜਾ ਨਾ ਤਕਰੀਬਨ 5 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਪਿੰਡ ਆਉਂਦਾ ਇਹੀ ਇਹਨਾਂ ਦੀ ਲੋਕੇਸ਼ਨ ਹੈ। ਮਜ਼ੀਦ ਨੰਬਰ ਜਿਹੜਾ ਨਾ ਇਹ ਮਲਕ ਸਾਹਿਬ ਦਾ ਸਕਰੀਨ ਤੇ ਲੱਗ ਜਾਣਾ ਲੋਕੇਸ਼ਨ ਜਿਹੜੀ ਹੈ ਉਹ ਇਹਨਾਂ ਕੋਲ ਵਟਸਐਪ ਤੇ ਮੰਗਾ ਲੈਣੀ ਹੈ। ਵਾਰਾ ਚ ਮੰਗਲ ਹੈ ਤਾਰੀਖ ਵੀ ਬਣਦੀ ਹੈ 9 ਜੁਲਾਈ 2024। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿੱਲਾ ਤੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ ਆਓ ਜੀ ਮਲਕ ਸਾਹਿਬ ਝੋਟੀਆਂ ਨੇ ਅੱਜ ਦੇ ਵੀਡੀਓ ਦੇ ਵਿੱਚ ਚਾਰ ਤੇ ਚਾਰੇ ਸ਼ੌਕੀਨ ਜਿਹੜਾ ਹੈ ਨਾ ਇਹਨਾਂ ਚ ਕਿੰਨੀਆਂ ਪਹਿਲਣਾ ਜੇ ਭਾਈ ਚਾਨ ਇੱਕ ਝੋਟੀ ਪਹਿਲਣ ਠੀਕ ਹੈ ਤਿੰਨ ਝੋਟੀਆਂ ਦੂਜਣਾ ਨੇ ਠੀਕ ਹੈ ਜੀ ਫਰਮੈਸ਼ੀ ਹੈ ਫਰਮੈਸ਼ੀ ਵੀ ਹੈ ਲੋ ਜੀ ਚਾਰ ਸ਼ੌਕੀਨ ਤੇ ਇੱਕ ਫਰਮੈਸ਼ੀ ਪੰਜ ਨੇ ਨਾ ਜਿਹੜੀਆਂ ਵੀਡੀਓ ਮੱਝਾਂ ਦੀਆਂ ਗੱਲਾਂ ਮੱਝਾਂ ਦੇ ਉੱਪਰ ਹੀ ਜਾ ਕੇ ਕਰਾਂਗੇ ਠੀਕ ਹੈ ਚਲੋ ਰੋਜ਼ ਮਾਲ ਲਿਆਵੀਦਾ ਵੇਚੀਦਾ ਚੰਗੀਆਂ ਵੀ ਆਉਂਦੀਆਂ ਨੇ ਠੀਕ ਹੈ ਤੇ ਉਂਝ ਹੈ ਵੀ ਦੂਜਾ ਨੂਰ ਅੱਲਾ ਕੋਲ ਮੰਗ ਕੇ ਮੱਝਾਂ ਲੈ ਆਵੇਗਾ ਨਸਲ ਤੇ ਸ਼ਕਲ ਸੂਰਤ ਭਰਾਵਾਂ ਨੇ ਤੱਕ ਲੈਣੀ ਕੈਮਰੇ ਚ ਜਿਹੜਾ ਨਾ ਨੂਰ ਕੋਈ ਮੱਝਾਂ ਲੱਭਣਾ ਨੀ ਕੋਈ ਮੱਝਾਂ ਆਖਣਾ ਜਿਤਨੇ ਵੀ ਆਪਣੇ ਸਬਸਕ੍ਰਾਈਬਰ ਨੇ ਜਿਤਨੇ ਵੀ ਛੋਟੀ ਵਾਲ ਭਰਾ ਨੇ ਜਨਾਬ ਸਭ ਨੂੰ ਵੈਰੀ ਗੁੱਡ ਜੀ ਤੇ ਦੂਜਾ ਜਨਾਬ ਸਲਾਮ ਹੈ ਤੁਹਾਡੇ ਵਾਸਤੇ ਮਹਿਕਣਾ ਤੋਂ ਜਨਾਬ
ਆਪਣੇ ਉਹ ਵੀ ਜਾਨੀ ਜਾਨ ਵਿਕਾਸ ਗੁੱਜਰ ਸਾਹਿਬ ਜਿਹੜਾ ਹੈ ਨਾ ਉਹਨਾਂ ਦਾ ਵੀ ਸਲਾਮ ਹੈ ਜੀ ਮਲਕ ਅਫਜ਼ਾਲ ਲੜੀ ਵਾਲੇ ਵਾਸਤੇ। ਵਾਲੇਕੁਮ ਸਲਾਮ ਗੁੱਜਰ ਸਾਹਿਬ, ਅੱਲਾਹ ਪਾਕ ਤੁਹਾਨੂੰ ਵੀ ਖੁਸ਼ ਰੱਖੇ ਜਨਾਬ, ਤੁਹਾਨੂੰ ਵੀ ਸਲਾਮ ਹੈ ਸਾਡੀ ਤਰਫੋਂ ਜੀ ਬਿਲਕੁਲ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਦਾ ਬਾਗ ਰੱਖੇ। ਆਮੀਨ ਜੀ। ਲੋ ਜੀ, ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਦੇ ਹੋ ਨਾ, ਹੱਸਦੇ ਰਹੋ, ਵੱਸਦੇ ਰਹੋ, ਵੀਡੀਓ ਤੱਕਦੇ ਰਹੋ ਤੇ ਸ਼ੇਅਰ ਜਿਹੜਾ ਹੈ ਨਾ ਇਹ ਕਰਦੇ ਰਹੋ। ਤੇ ਅੱਜ ਵਾਲੀ ਜਿਹੜੀ ਵੀਡੀਓ ਹੈ ਨਾ, ਇਸ ਵੀਡੀਓ ਦੇ ਵਿੱਚ ਜਨਾਬ ਮੇਲਾ ਦੂਜਣਾ ਤੇ ਪਹਿਲਣਾ ਦਾ ਇਹ ਅਲਹਮਦੁਲਿਲਾ ਹਰ ਵਾਰ ਦੀ ਵਾਰ ਤੁਸੀਂ ਵੇਖਦੇ ਪਏ ਤੇ ਅੱਜ ਝੋਟੀਆਂ ਲੱਗਣੀਆਂ ਨੇ ਜਨਾਬ, ਤ੍ਰੈ ਦੂਜਣਾ ਜੇ ਔਰ ਇੱਕ ਜਿਹੜੀ ਹੈ ਨਾ ਪਹਿਲਣ, ਚਾਰ ਝੋਟੀਆਂ ਜਨਾਬ ਸੱਜਸ ਹੋਈਆਂ ਨੇ ਤੇ ਨੰਬਰ ਪੰਜ ਤੇ ਜਿਹੜਾ ਨਾ ਇੱਕ ਫਰਮੈਚੇ ਉਹ ਵੀ ਵੀਡੀਓ ਦੇ ਵਿੱਚ ਲੱਗਣੀ ਹੈ ਤੇ ਨੰਬਰ ਇੱਕ ਝੋਟੀ ਜਿਹੜੀ ਹੈ ਨਾ ਅੱਖ ਤੋਂ ਝੋਟੀ ਵੇਖਣੀ ਹੈ ਔਰ ਪੂਛਲ ਦੇ ਆਖਰੀ ਵਾਲ ਤੱਕ ਔਰ ਪੈਰਾਂ ਦੀਆਂ ਖਿਰਨੀਆਂ ਤੱਕ ਜਿਹੜਾ ਹੈ ਨਾ ਮੱਝ ਭਰਾਵਾਂ ਨੇ ਨਾਸਾ ਦੀ ਲੈ ਕੇ ਤੇ ਤੋੜ ਅੰਡ ਤੱਕ ਮੱਝ ਆਪਦੀ ਵਾਲ ਤੱਕ ਨਾ ਜੀ ਨਜਾ ਕੇ ਚੈੱਕ ਕਰਨੀ ਹੈ ਜੀ ਬਿਲਕੁਲ। ਮੱਝਾਂ ਦੀ ਜੂਹ ਵੀ ਪਛਾਣਨੀ ਹੈ, ਨਸਲ ਵੀ ਪਛਾਣਨੀ ਹੈ, ਠੀਕ ਹੋ ਗਿਆ ਸਮਝ ਗਏ ਹੋ ਜੀ ਬਿਲਕੁਲ। ਜੂਹ ਦੀਆਂ ਮੱਝਾਂ ਦੁੱਧ ਦਿੰਦੀਆਂ ਨੇ, ਮੱਝਾਂ ਜਿਹੜੀਆਂ ਇੱਥੋਂ ਪਰਾਲੀ ਖਾਣੇ ਵਾਲੀਆਂ ਲਈਏ ਨਾ ਉਹ ਨਹੀਂ ਦੁੱਧ ਦਿੰਦੀਆਂ, ਮਾਸ਼ਾਅੱਲਾ ਜੀ ਵੱਧਦੀਆਂ ਨੇ ਸਮਝ ਗਏ ਹੋ ਜੀ ਬਿਲਕੁਲ। ਇਹ ਜਨਾਬ ਅੱਲਾ ਦੇ ਹੁਕਮ ਨਾਲ ਦੂਜਾ ਸੂਆ ਲਾਇਆ ਜੇ ਝੋਟੀ ਨੇ, ਠੀਕ ਹੋ ਗਿਆ ਜਨਾਬ, ਠੀਕ ਹੈ। ਦੂਜਣ ਮਾਸ਼ਾਅੱਲਾ ਜਨਾਬ ਵੀ ਖਾਸ ਰਾਵੀ ਦੀ ਹੈ, ਜਿਸ ਬੰਦੇ ਕੋਲ ਲਈ ਹੈ ਖਾਸ ਰਾਵੀ ਦੀ, ਠੀਕ ਹੋ ਗਿਆ ਜਨਾਬ, ਠੀਕ ਹੈ। ਅਜੀਆਂ ਕੱਚ ਦੀਆਂ ਬਣਦੀਆਂ ਔਰ ਅਸਲ ਬਰੀਕ ਹੋਵੇ ਦੀ ਕੱਚ ਦੀ, ਅੱਲਾ ਜੀ ਪੂਰੀ ਕੱਚ ਦੀ ਜਿਹੜਾ ਹੈ ਨਾ ਭਾਈ ਨਿਸ਼ਾਨ ਤੇ ਚੱਲੋ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਹੋ, ਐਡੀ ਮੱਝ ਬਰੀਕ ਘੱਟ ਮੱਝ ਹੁੰਦੀ ਹੈ ਜੀ ਬਿਲਕੁਲ, ਠੀਕ ਹੈ। ਫਿਰ ਬਰੀਕ ਮੱਝ ਦੁੱਧ ਦਿੰਦੀ ਹੈ ਜੀ ਬਿਲਕੁਲ, ਤੇ ਫਿਰ ਮਲਕ ਸਾਹਿਬ ਬਰੀਕ ਵੀ ਵੇਖਣੀ ਹੈ ਤੇ ਜੇ ਵੀ ਗੱਲ ਨੂੰ ਮੱਦੇ ਨਜ਼ਰ ਰੱਖਣਾ ਕਿ ਝੋਟੀ ਡਿੱਡੀ ਆਪ ਹੈ ਨਾ, ਲਿਬਾਸ ਵੀ ਭਾਈ ਜੀ ਇੱਥੇ ਹੀ ਹੈ, ਖਾਣ ਲਿਬਾਸ ਅੱਲਾ ਦੇ ਹੁਕਮ ਨਾਲ ਜੀ, ਵੰਡਾ ਝੁੰਗੀ ਕੋਲੀ ਅੱਖਾਂ ਮੱਝਾਂ ਦੀਆਂ, ਠੀਕ ਹੈ ਸਮਝ ਗਏ ਹੋ, ਇਹਨਾਂ ਦੇ ਹੁਕਮ ਨਾਲ ਭਰਾਵਾਂ ਨੇ ਨਜਾ ਕੇ ਚੈੱਕ ਕਰਨੀਆਂ ਨੇ ਮੱਝਾਂ, ਲੈਣੇ ਦੇਣੇ ਨੇ ਨਸੀਬ ਜੀ ਬਿਲਕੁਲ ਜਨਾਬ। ਛੋਟੀ ਛੋਟੀ ਝੋਟੀ ਨੇ ਸਿੰਗੀ ਲੱਗੀ ਹੈ, ਮੈਂ ਨਾ ਭਾਈ ਨਿਸ਼ਾਨ ਖੂਬਸੂਰਤੀ ਦੀ ਮਿਸਾਲ ਆਪ ਹੀ ਹੈ ਜੀ ਬਿਲਕੁਲ। ਅੱਗੋਂ ਕਰਮਾੜੀ ਕੋਲ ਨੂਰ ਵੀ ਇੰਜ ਹੀ ਹੈ, ਜਿਕਰ ਦੀ ਮੱਝ ਸੋਹਣੀ ਹੈ ਨਾ, ਠੀਕ ਹੈ, ਅੱਲਾ ਦੇ ਹੁਕਮੇ ਨਾਲ ਥੱਲੇ ਬਹਿ ਕੇ ਸਵਾਦ ਆ ਜਾਏਗਾ। ਵੈਰੀ ਗੁੱਡ ਜੀ, ਇੰਜ ਦਾ ਚੁਆ ਹੈ, ਮੈਂ ਨਾ ਪਸਮਾ ਚੁਆ ਭਾਈ ਨਿਸ਼ਾਨ ਗੱਲ ਹੀ ਨਾ ਤੁਸੀਂ ਜੀ ਬਿਲਕੁਲ ਜੀ। ਚੁਆ ਪਸਮਾ ਜਿਹੜਾ ਨਾ ਔਰ ਚੁਆਈ ਜਿਹੜੀ ਹੈ ਨਾ ਸੋਨੇ ਹਾਰ ਮਾਸ਼ਾਅੱਲਾ ਜਨਾਬ, ਝੋਟੀ ਦੀ ਹੈ ਤੇ ਫਿਰ ਗਾੜੀ ਵੀ ਤਗੜੀ ਹੈ ਝੋਟੀ ਨਿਸ਼ਾਨ ਹੈ, ਗਾੜੀ ਤੱਕੋ ਨਾ ਲਿਬਾਸ ਕਿੱਥੋਂ ਸ਼ੁਰੂ ਹੋਏ ਹੈ ਜੀ ਬਿਲਕੁਲ, ਸਮਝ ਗਏ ਹੋ, ਸਾਡਾ ਦੋਹਰਾ ਥਣ ਦਾ ਜਰਨਲ ਥਣ ਘੱਟ ਮੱਝਾਂ ਨੂੰ ਹੁੰਦਾ ਹੈ ਤਾਂ ਪਿੱਛੇ ਪੂਛਲੀ ਤੱਕਣੀ ਆਂਦੀ ਹੈ ਜਿਕਣ ਧਾਗਾ ਵੱਜੇ ਹੈ ਜੀ ਬਿਲਕੁਲ ਜੀ। ਬਰੀਕ ਜਿਹੜਾ ਹੈ ਨਾ, ਠੀਕ ਹੈ, ਇਹ ਛਾਂਟੇ ਹਾਰ ਧਾਗੇ ਹਾਰ ਜਿਹੜਾ ਹੈ ਨਾ, ਯਕੀਨ ਜਾਣੇ ਅਸਲ ਕੱਚ ਦੀ ਬਣੀ ਹੈ ਮੱਝ, ਸਾਰੀ ਮੱਝ ਕਹਿ ਕੇ ਦਾ ਪੂਰੀ ਕੱਚ ਦੀ, ਔਰ ਫੇ ਕੀਮਤੀ ਝੋਟੀ ਹੈ ਜਿਹੜਾ ਇਨਸ਼ਾਅੱਲਾ ਮਾਸ਼ਾਅੱਲਾ। ਫਿਰ ਪਸ਼ਮ ਜਿਹੜੀ ਹੈ ਨਾ ਇਹ ਝੋਟੀ ਦੀ ਜਨਾਬ ਚੈੱਕ ਕਰਨੀ ਹੈ, ਲੈਣੇ ਦੇਣੇ ਨਸੀਬ ਨੇ ਮਲਕ ਸਾਹਿਬ ਦੀ ਗ੍ਰੇਟ, ਅੱਜ ਕਿਲਮਾ ਢੰਗ ਦੇ ਜਨਾਬ ਝੋਟੀ ਨੂੰ ਸੋਏ ਆ ਭਾਈ ਜਾਨ, ਇਹਨੂੰ ਸੂਈ ਨੂੰ ਅੱਜ ਤਕਰੀਬਨ 6ਵਾਂ ਦਿਨ ਨਾ ਸੂਈ ਨੂੰ, ਠੀਕ ਹੈ, ਸਾਰਾ ਹੀ ਅੱਥਾ ਇੱਕ ਵਾਰੀ ਮਾਜ ਦਾ ਮੂੰਹ ਦਿਖਾਇਓ ਤੇ ਅੱਖਾਂ ਦਿਖਾਇਓ ਕਹਿੰਦੇ ਜੀ ਬਿਲਕੁਲ। ਤੇ ਫਿਰ ਸੇਰੀ ਵੀ ਵੇਖਣੀ ਔਰ ਮੂੰਹ ਦੀ ਸੌ ਜਿਹੜੀ ਭਾਈ ਜਾਨ, ਅੱਲਾ ਦੇ ਹੁਕਮੇ ਨਾਲ ਮਾਲ ਕਦੇ ਇਧਰ ਨੂੰ ਲਿਆ ਹੀ ਨਹੀਂ ਤੇ ਨਾ ਕਦੇ ਵਾਰਾ ਮਾਲ ਲਿਆ, ਵੈਰੀ ਗੁੱਡ ਜਨਾਬ, ਠੀਕ ਹੈ। ਔਰ ਪਸ਼ਮ ਕੰਨਾਂ ਦੇ ਵੀ ਜਿਹੜਾ ਹੈ ਨਾ ਇਨਸ਼ਾਅੱਲਾ, ਅੱਲਾ ਦੇ ਹੁਕਮੇ ਨਾਲ, ਅੱਲਾ ਦੇ ਹੁਕਮੇ ਨਾਲ ਭਾਈ ਜਾਨ ਜੀ, ਵੱਡੀਆਂ ਵੱਡੀਆਂ ਮੱਝਾਂ ਵਿੱਚ ਬੱਜ ਕੇ ਮੇਰੀ ਮੱਝ ਦੁੱਧ ਨਾ ਦਿੱਤਾ ਤੇ ਵਪਾਰ ਨਹੀਂ ਕਰਨਾ ਹੈ, ਠੀਕ ਹੈ ਨਾ, ਲੱਗੇ ਵਾਪਸ ਮੋੜੋ ਜੀ ਇੱਕ ਵਾਰੀ ਝੋਟੀ ਨੂੰ ਜਿਹੜਾ 6ਵਾਂ ਡੰਗ ਹੈ ਜਨਾਬ ਸੋਏ ਆ, ਮਗਰ ਕੱਟਾ ਤਾਂ ਕੱਟੀ ਹੈ ਦੇ ਕੱਟੀ ਹੈ ਪਿੱਛੇ ਭਾਈ ਸ਼ਾਨ ਲਾਲਾ ਜੀ ਸੋਹਣੀ ਦੋ ਹੋ ਗਈਆਂ ਨੇ ਮਾਸ਼ਾਅੱਲਾ ਜਨਾਬ, ਮਗਰ ਤੇ ਕੱਟੀ ਹੈ 6ਵਾਂ ਡੰਗ ਹੈ ਸੋਏ ਆ। ਲੋ ਜੀ ਮਲਕ ਸਾਹਿਬ, 6ਵੇਂ ਦਿਨ ਜਿਹੜਾ ਨਾ ਕੀ ਦੁੱਧ ਝੋਟੀ ਕਰਦੀ ਹੈ ਭਾਈ ਸ਼ਾਨ, ਜਿਸ ਬੰਦੇ ਦੀ ਵੀ ਤਬਾ ਚਾਹੇ ਜੀ ਸਮਝ ਗਏ ਹੋ, ਮੇਰੇ ਘਰ ਆ ਜਾਣਾ, ਇੱਕ ਥਣ ਦੇਣਾ ਕੱਟੀ ਨੂੰ, ਠੀਕ ਹੈ, ਤਰਵਾਂ ਥਣਾਂ ਦਾ ਦੁੱਧ ਦੇ 14 ਕਿਲੋ ਝੋਟੀ, ਠੀਕ ਹੈ, ਤੇ ਮੈਂ ਪੈਸਿਆਂ ਦਾ ਹੱਕਦਾਰ ਹਾਂ। ਲੋ ਜੀ ਇੱਕ ਥਣ
ਕੱਟੀ ਨੂੰ ਦੇ ਲੈਣਾ, ਇੱਕ ਥਣ ਕੱਟੀ ਨੂੰ ਦੇਣਾ, 7 ਕਿਲੋ ਟਾਈਮ ਦਾ ਦੁੱਧ ਦੇ ਤੇ ਪੈਸਿਆਂ ਦਾ ਹੱਕਦਾਰ ਆ, ਕਿਲੋ ਵੀ ਘੱਟ ਦਿੰਦੇ ਉਸ ਨਾਲ ਤੇ ਮੁੱਲ ਅਗਲੇ ਦੀ ਮਰਜ਼ੀ ਦਾ ਮੰਨਣਾ ਦਾ। ਵੈਰੀ ਗੁੱਡ, ਤੇ ਫਿਰ ਲਿਬਾਸ ਲਕੀਰ ਵਾਲਾ ਜੀ ਅੱਲਾ ਦੇ ਹੁਕਮ ਨਾਲ ਭਾਈ ਸ਼ਾਨ ਪਧਰੀਆਂ ਮੱਝਾਂ ਕੋਈ ਲਵ ਨਹੀਂ ਹੋਣ ਲੱਗੀ ਸੂਤਰ ਵੀ ਬਹਾਨਿਆਂ ਵਿੱਚ, ਮਾਸ਼ਾਅੱਲਾ ਜੀ, ਕੋਈ ਥਣ ਨਰਮਾਤਾਰੀ ਮਾੜੀ ਜੀ ਭਾਲ ਕੀਤੀ ਹੋਵੇ ਦੀ ਮਾਜ ਨਾ ਸਮਝ ਗਿਓ ਹੋ ਗਿਆ, ਉਹ ਵੀ ਕੱਚੀ ਸੂਈ, ਕੱਚੀ ਸੂਈ ਕਰਕੇ ਭਾਈ ਸ਼ਾਨ ਇਸ ਵੇਲੇ ਇਹਨੇ ਕੱਚੀ ਜਗ੍ਹਾ ਬੱਝਣਾ ਹੈ ਨਾ, ਬਿਲਕੁਲ ਭਾਲ ਚਾਲ ਖਤਮ ਹੋ ਜਾਣੀ ਹੈ ਭਾਈ ਬਲਾਲ, ਇੱਕ ਵਾਰੀ ਸਾਈਡ ਦੀ ਹੋ ਕੇ ਨਾ ਝੋਟੀ ਦੀਆਂ ਬਰੀਕੀਆਂ ਤੋੜ ਦਿਖਾ ਛੱਡੀਆਂ ਨੇ ਭਰਾਵਾਂ ਨੂੰ, ਇੱਕ ਵਾਰੀ ਨਾ ਸਕਦਾ ਬਲਾਲ ਜਿਹੜਾ ਨਾ ਬਰੀਕੀਆਂ ਗਾੜੀ ਪਛਾੜੀ ਹਾਈਟ ਵੇਲ ਅੱਡੀ ਪੁੱਠਾ ਜਿਹੜਾ ਨਾ ਇੱਕ ਇੱਕ ਅੰਗ ਦੀ ਜਿਹੜਾ ਨਾ ਤਸੱਲੀ ਕਰਾ ਸਕਦੀ ਲੋ ਜੀ, 14 ਕਿਲੋ ਜਿਹੜਾ ਨਾ ਹਾਜ਼ਰ ਮੌਕਿਆ ਦੁੱਧ ਹੋਵੇ ਤਾਂ ਭਾਈ ਸ਼ਾਹ ਨੇ ਪੂਰਾ ਕਰਵਾਉਣਾ ਹੈ, ਮਾਸ਼ਾਅੱਲਾ, ਕੋਈ ਇਹ ਨਹੀਂ ਆਖਣਾ ਵੀ ਮਤਲਬ ਰੱਤ ਸੱਟ ਕੇ ਦੇਣਾ ਸਰ, ਠੀਕ ਹੈ, ਮੇਰੇ ਘਰ ਬੰਦਾ ਕੋਈ ਆ ਜਾਏ ਸਵੇਲੇ ਆਵੇ ਸ਼ਾਮੀ ਆਵੇ, ਠੀਕ ਹੈ, 14 ਕਿਲੋ ਦੁੱਧ ਪੂਰਾ ਕਰਾ ਕੇ ਝੋਟੀ ਦਾ ਦੇਣਾ, ਮਾਸ਼ਾਅੱਲਾ ਜੀ, ਚਵਾਈ ਵਾਲਾ, ਚਵਾਈ ਵਾਲਾ, ਅੱਗੋਂ ਹੁੰਦੀ ਆਪਣੀ ਸੜ ਸਾਂਭਰ ਬੰਦੇ ਦੀ ਆਪਣੀ ਆਪਣੀ ਭਾਈ ਸ਼ਾਨ, ਠੀਕ ਹੈ, ਉਂਝ ਮੱਝਾਂ ਜੇਕਰ ਨਸਲੀ ਨੇ ਨਾ ਮਾਨੀ ਗੱਲ ਹੈ ਵੀ ਕਦੇ 8 ਲੱਖ ਦੀ ਮੱਝ ਵੀ ਲੈ ਕੇ ਨਾਲ ਬਣੀ, ਮੇਰੀ ਮੱਝ ਦੁੱਧ ਵਾਲੇ ਪੱਲੀ ਮੱਝ ਨਹੀਂ ਬਣਦੀ, ਮਾਸ਼ਾਅੱਲਾ, ਗਿੜ ਕੇ ਆਵੇਗੀ ਇਨਸ਼ਾਅੱਲਾ, ਇਹ ਜਿਹੜੀ ਜਿਹੜਾ ਹੈ ਨਾ ਇਹ ਕੱਟੀ ਹੈ ਭਾਈ ਬਾਲ, ਕੱਟੀ ਵੀ ਦਿਖਾਣੀ ਹੈ, ਦਿਖਾਓ ਜੀ ਨਾਲ ਹੀ ਜਿਹੜਾ ਹੈ ਨਾ, ਫਿਰ ਮਾਊ ਆ ਰੱਖਾਂ ਵੀ ਦਿਖਾਣੀਆਂ ਨੇ, ਮਾਸ਼ਾਅੱਲਾ, ਨਸਲ ਦਿਖਾਣੀ ਹੈ ਜਿਹੜਾ ਹੈ ਨਾ, ਲੋ ਜੀ ਮਗਰ ਇਹਦੇ ਕੱਟੀ ਜੀ 6ਵਾਂ ਡੰਗ ਜਨਾਬ ਇਸ ਝੋਟੀ ਲਟੋਏ ਆ, ਝੋਟੀ ਨੰਬਰ 1 ਔਰ ਦੂਜਣ, ਮਾਸ਼ਾਅੱਲਾ ਜੀ, ਚੁਪੀਨ ਝੋਟੀ ਔਰ ਬਰੀਕ ਔਰ ਮਾਸ਼ਾਅੱਲਾ ਰੁਗ ਰੁਗ ਦਾ ਜਿਹੜਾ ਹੈ ਨਾ ਇਹ ਝੋਟੀ ਨੂੰ ਥਣ ਲੱਗੇ ਆ, ਗਾੜੀ ਦਾ ਵੀ ਔਰ ਪਛਾੜੀ ਦਾ ਵੀ ਤੇ ਪੁੱਠਾ ਵੀ ਤੇ ਖੁੱਡਾ ਵੀ ਜਿਹੜਾ ਹੈ ਨਾ ਇਹ ਝੋਟੀ ਦਾ ਚੈੱਕ ਕਰਨਾ ਲੋ ਜੀ, ਮਲਕ ਸਾਹਿਬ ਦੇ ਗ੍ਰੇਟ ਹੈ, ਬਿਸਮਿਲ੍ਲਾ ਪੜੋ ਜਨਾਬ, ਕਰੋ ਖੜਾ ਕੇ ਜਿਹੜਾ ਹੈ ਨਾ ਭਾਈ ਸ਼ਾਨ ਜੀ, ਮੁੱਲ ਨਹੀਂ ਐਣ, ਠੀਕ ਹੈ, ਮੁੱਲ ਮੈਂ ਕਿਸੇ ਮੱਝ ਦਾ ਵੀ ਨਹੀਂ ਲਾਣਾ ਅੱਜ, ਵੈਰੀ ਗੁੱਡ ਜਨਾਬ, ਟੋਟਲ ਮਾਲ ਦੇਣਾ ਪੈਸੇ ਉਹ ਲਾਣੇ ਨੇ ਜਿਹੜੇ ਲਿਲ ਲੈਣੇ ਨੇ, ਵਾਰਾ ਕੰਮ ਕਰਨਾ ਹੋਵੇ ਤਾਂ ਲੱਖ ਲੱਖ ਵੱਧ ਮੰਗ ਕੇ ਨਾ ਜੀ ਮੁੜ ਕੇ ਸੌਦੇ ਪੇ ਕਰੀਏ, ਠੀਕ ਹੋ ਗਿਆ, ਠੀਕ ਹੈ, ਮਾਲ ਵੀ ਤੱਕਣਾ ਮੁੱਲ ਵੀ ਚੈੱਕ ਕਰ ਲੈਣਾ, ਵੈਰੀ ਗੁੱਡ, ਜਿਹੜੇ ਪੈਸੇ ਲੈਣੇ ਨੇ ਨਾ, ਠੀਕ ਹੈ, ਜੇ ਵਾਰਾ ਮੁੱਲ ਕਰੀਏ ਤਾਂ 6,35,000, ਠੀਕ ਹੋ ਗਿਆ ਜਨਾਬ, ਜਿਹੜੇ ਪੈਸੇ ਲੈ ਲੈਣੇ ਨੇ ਨਾ ਭਾਈ ਸ਼ਾਨ ਜੀ, ਕੋਈ 6 ਵੀ ਨਹੀਂ ਲਾਣਾ ਤਾਂ ਲਾਣਾ ਨਹੀਂ, 5.5 ਲੱਖ ਰੁਪਈਆ ਵੀ ਮਾਈ ਦਾ, ਖੁਸ਼ ਰਹੋ ਬਾਬਾ ਸ਼ੇਰਾ, ਜਿਹੜੇ ਭਰਾ ਨੂੰ ਚੰਗੀ ਪਸੰਦ ਆਈ 5,35,000 ਦੀ ਝੋਟੀ ਦੇ ਛੱਡਿਆ ਦੱਸ ਰਹੀਆਂ ਤੇਰੇ ਤੋਂ, ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 5-35,000 ਦੀ, ਜਿਹੜਾ 5,35,000 ਦੀ ਤਾਂ ਉਂਝ ਇੱਕ ਗੱਲ ਹੋਵੇ ਦਾ ਵੀ ਐਵੇਂ ਨਾ ਹਲਕਾ ਫੁਲਕਾ ਪਿਆਰ ਮੁਹੱਬਤ, ਵੈਰੀ ਗੁੱਡ ਜੀ, ਉਹ ਜ਼ਰੂਰ ਹੋਵੇ, ਜੇ ਮੁੱਲ ਲਾਣੇ ਹੋਣ ਤਾਂ ਦੱਸਿਆ ਫਿਰ ਮੁੱਲ ਬਾਹਲੇ ਵੀ ਬੰਦਾ ਲਾ ਲੈ, ਠੀਕ ਹੋ ਗਿਆ ਲੋ ਜੀ, ਅੱਗੇ ਆ ਕੇ ਜਨਾਬ ਝੋਟੀ ਨੰਬਰ ਜਿਹੜੀ ਹੈ ਨਾ 2, ਇਹ ਝੋਟੀ ਵੇਖਣੀ ਹੈ ਭਰਾਵਾਂ ਨੇ, ਅਗਲੀ ਗੱਲ ਜਿਹੜੀ ਹੈ ਨਾ ਔਰ ਨਸੀਬਾਂ ਦੀ ਹੈ, ਤੇ ਫਿਰ ਇਸ ਤਰ੍ਹਾਂ ਦੀਆਂ ਝੋਟੀਆਂ ਜਿਹੜਾ ਨਾ ਮਲਕ ਸਾਹਿਬ ਕਦੇ ਕਦੇ ਕੈਮਰੇ ਦੀ ਜ਼ੀਨਤ ਬਣਦੀਆਂ ਨੇ ਭਾਈ ਸ਼ਾਨ ਜੀ, ਯਕੀਨ ਜਾਣਿਓ ਜਿਹੜਾ ਬੰਦਾ ਇਹ ਗੱਲ ਆਖਦਾ ਵੀ ਮੈਂ ਮੱਝੀ ਕੋਲ 18-20 ਤੇ ਦੁੱਧ ਨਹੀਂ ਕਦੇ ਚੋਇਆ, ਠੀਕ ਹੈ, ਠੀਕ ਹੈ, ਉਹ ਬੰਦਾ ਮੇਰੇ ਘਰ ਆ ਜੇ, ਠੀਕ ਹੈ, ਮੱਝ ਮੇਰੀ ਦੁੱਧ ਜਿਹੜਾ ਮੈਂ ਦੱਸਾਂਗਾ ਪੂਰਾ ਨਾ ਨਾ ਕਰੇ, 100 ਰੁਪਈਏ ਦਾ ਮੈਂ ਬਦਲ ਨਹੀਂ ਆਇਆ, ਤੇ ਮੱਝ ਦੀ ਨਸਲ ਜਾਤ ਲਿਬਾਸ ਥਣ ਹਰ ਚੀਜ਼ ਭਰਾਵਾਂ ਨੇ ਤੱਕ ਲੈਣੀ ਹੈ, ਤੇ ਭਾਈ ਬਲਾਲ ਨੇ ਤਕਾ ਛੱਡਣੀ ਹੈ, ਬਿਲਕੁਲ ਜੀ, ਉਹ ਕੈਮਰੇ ਦੀ ਅੱਖ ਚੋਂ ਇੱਕ ਇੱਕ ਅੰਗ ਚੁੱਪ ਨਹੀਂ ਸਕਦਾ ਇਨਸ਼ਾਅੱਲਾ, ਮਾਸ਼ਾਅੱਲਾ ਜਨਾਬ, ਤਸੱਲੀਆਂ ਕਰਾਣੀਆਂ ਨੇ ਰੱਜ ਕੇ ਫਿਰ ਅੱਖਾਂ ਵੀ ਚੈੱਕ ਕਰਨੀਆਂ ਨੇ, ਔਰ ਤੰਗੀ ਜਿਹੜੀ ਹੈ ਨਾ ਇਹ ਝੋਟੀ ਦੀ ਚੈੱਕ ਕਰਨੀ ਕਿ ਮੋੜ ਕੇ
ਬਰੀਕ ਹੈ ਤੇ ਪਿੱਛੋਂ ਬਾਈ ਕਿੰਜ ਚੋੜੀ ਹੈ, ਠੀਕ ਹੈ। ਗਰਦਨ ਤੋਂ ਜਿਹੜਾ ਨਾ ਝੋਟੀ ਚੈੱਕ ਕਰਨੀ ਹੈ, ਮਾਸ਼ਾਅੱਲਾ ਜੀ ਕਿੰਨੀ ਬਰੀਕ ਹੈ। ਔਰ ਪੁੱਠੇ ਦੀ ਚੌੜਾਈ ਜਿਹੜੀ ਹੈ ਨਾ ਇਹ ਝੋਟੀ ਦੀ ਜਨਾਬ ਚੈੱਕ ਕਰਨੀ ਹੈ, ਤੇ ਫਿਰ ਟੋਰ ਮਾਸ਼ਾਅੱਲਾ ਜਨਾਬ ਝੋਟੀ ਦੀ ਚੈੱਕ ਕਰਨੀ ਹੈ। ਜਨਾਬ ਬਣੀ ਹੁੰਦੀ ਹੈ, ਦੂਜਣ ਝੋਟੀ ਹੈ ਜਨਾਬ, ਮਗਰ ਇਹਦੇ ਕੱਟਿਆ ਨਾ ਪਿੱਛੇ ਕੱਟਿਆ ਭਾਈ ਸਾਹਿਬ ਜੀ, ਪਿੱਛੇ ਥੱਲੇ ਜਨਾਬ ਕੱਟਿਆ, ਤੇ ਫਿਰ ਦੁੱਧ ਵਾਲੀਆਂ ਨਾੜਾਂ ਜਿਹੜੀਆਂ ਨੇ ਨਾ ਇਹ ਝੋਟੀ ਦੀਆਂ ਜਨਾਬ ਲਬਾਸ ਦੇ ਵਿੱਚ ਵੇਖਣੀਆਂ ਨੇ ਚੋਹਾਂ ਸਾਈਡਾਂ ਦੇ। ਔਰ ਮਾਸ਼ਾਅੱਲਾ ਜਨਾਬ ਹਣ ਵੀ ਜਿਹੜਾ ਝੋਟੀ ਨੂੰ ਲੱਗੇ ਆ ਨਾ ਉਹ ਵੀ ਜਨਾਬ ਭਰਾਵਾਂ ਨੇ ਚੈੱਕ ਕਰਨਾ ਕਿ ਦੋਹਰਾ ਔਰ ਮੁੱਠ ਮੁੱਠ ਦਾ ਜਿਹੜਾ ਨਾ ਇਹ ਝੋਟੀ ਨੂੰ ਖਾਣ ਲੱਗੇ। ਮਲਕ ਸਾਹਿਬ ਅੱਜ ਕਿੰਮਾ ਢੰਗ ਜੀ ਝੋਟੀ ਨੂੰ ਸੋਏ ਆ ਭਾਈ ਸ਼ਾਨ, ਸੱਤਵਾਂ ਅੱਠਵਾਂ ਦਿਨ ਝੋਟੀ ਨੂੰ ਸੋਏ ਆ, ਠੀਕ ਹੈ ਠੀਕ ਹੈ ਜੀ। ਬੋਲੇ ਚੋਂ ਨਿਕਲ ਗਈ ਹੈ, ਦੁੱਧ ਬਣਦਾ ਮਾਈ ਦਾ। ਲੋ ਜੀ ਮਾਈ ਦੁੱਧ ਤੇ ਆਉਂਦੀ ਹੈ ਨਾ, ਆਉਂਦੀ ਹੈ ਪੀ, ਠੀਕ ਹੈ ਠੀਕ ਹੈ। ਦੁੱਧ ਤੇ ਆਉਂਦੀ ਨਹੀਂ, ਚੰਗੀਆਂ ਕਿਸੇ ਦੀਆਂ ਦੋ ਹੋਈਆਂ ਤੇ ਮੇਰੀ ਬਾਜੀ ਕੰਨੀ ਇੱਕ ਪਾਸੇ ਹੋ ਗਈ ਭਾਈ ਸ਼ਾਨ। ਇਹ ਇਹਨੇ ਨੂਰ ਆਈ ਹੈ, ਨੂਰ ਅੱਲਾਹ ਕੋਲੋਂ ਮੰਗ ਕੇ ਲਿਆ, ਤੇ ਜਿਨ੍ਹਾਂ ਨੇ ਦੁੱਧ ਦੇਣਾ ਉਹ ਕਰਮ ਵਾਲੀਆਂ ਪੰਜਵੇਂ ਸੱਤਵੇਂ ਦਿਹਾੜੇ ਸੱਸ ਦੀਆਂ ਨੇ ਵੀ ਸਾਡੇ ਕੋਲ ਹੈ, ਕੋਈ ਗੱਲ ਹੀ ਕੋਈ ਨਹੀਂ। ਮਾਸ਼ਾਅੱਲਾ ਜਨਾਬ, ਅੱਠਵੇਂ ਦਿਹਾੜੇ ਜਿਹੜਾ ਨਾ ਇਹਦੇ ਕੋਲ ਤੱਕ ਨਾ ਕਿੱਥਾ ਕਿੱਥਾ ਰੱਖਦੀ ਹੈ। ਮੈਂ ਬਾਰ ਬਾਰ ਇਹ ਗੱਲ ਆਖਣਾ, ਮੇਰੀ ਮੱਝ ਟਾਈਮ ਦਾ ਇਸ ਅਤਨੇ ਲਬਾਸ ਦੀ ਸੁੰਦਰ ਵੀ ਘੱਟ ਹੋਵੇ ਨਾ ਭਾਈ ਸ਼ਾਨ, ਠੀਕ ਹੈ। ਮੈਂ ਆਹਨਾ ਵੀ ਗੱਲ ਅਗਲਾ ਬੰਦਾ ਹੈ। ਔਰ ਫਿਰ ਮਲਕ ਸਾਹਿਬ ਮਰਲੇ ਮਰਲੇ ਦੇ ਲੱਤ ਜਿਹੜਾ ਹੈ ਨਾ ਜਿੱਥੇ ਗਈ ਨੂੰ ਵੀ ਨੀ ਪੱਟ ਕੇ ਕਿਸੇ ਨੇ ਦੇਣਾ, ਸ਼ੱਕ ਆਪਣੇ ਇਲਾਕੇ ਚ ਵਾਲ ਮਾਰ ਲਏ, ਮੱਝ 20 ਸਿਰ ਪਲੱਸ ਦੁੱਧ ਚੁਆਂਦੀ ਆ। ਰਾਜ਼ੀ ਆ ਤੇਰੇ ਤੋਂ ਮਲਕਾ। ਲੋ ਜੀ ਇੱਥੇ ਲਬਾਸ ਦਾ ਸ਼ੌਕ ਜਿਹੜਾ ਹੈ ਨਾ ਇਹ ਝੋਟੀ ਦਾ ਇੱਕ ਵਾਰੀ ਕਰਨਾ ਤੇ ਫਿਰ ਖੇੜਾ ਇਹ ਝੋਟੀ ਦਾ ਜਨਾਬ ਚੈੱਕ ਕਰਨਾ, ਪਿਛਲੇ ਪੈਰ ਧੋਵੇ ਤੇ ਜਨਾਬ ਧੁੱਜੇ ਨੇ ਔਰ ਲੱਤ ਬਰੀਕ ਜਿਹੜਾ ਹੈ ਨਾ ਭਾਈ ਸ਼ਾਨ, ਨਸਲ ਵਿੱਚ ਤਾਂ ਹੱਦ ਮੁੱਕੀ ਹੈ ਨਾ ਜੀ, ਬਿਲਕੁਲ ਸਾਰੇ ਜਾਨਵਰ ਅੱਲਾਹ ਦੇ ਹੁਕਮੇ ਨਾਲ ਨਸਲੀ ਹੈ ਬਣਦੇ। ਮਾਸ਼ਾਅੱਲਾ ਜੀ, ਤਾਂ ਅਸਲ ਮੱਝਾਂ ਵਲੈਤੀ ਹੈ ਬਣਦੀਆਂ, ਦੇਸੀ ਦਾ ਰੰਗ ਨਹੀਂ ਹੋਣ ਲੱਗੀ ਵਿੱਚ। ਵੈਰੀ ਗੁੱਡ ਜਨਾਬ, ਲੋਈ ਔਰ ਬਰੀਕੀਆਂ ਜਿਹੜੀਆਂ ਨੇ ਨਾ ਜਿੱਥੋਂ ਚਮੜੀ ਪਕੜੋ ਇੰਜ ਹੀ ਆਵੇ। ਮਾਸ਼ਾਅੱਲਾ ਜੀ, ਗੰਢੇ ਦੇ ਛੱਲੜ ਆ ਰਿਹਾ। ਮਾਸ਼ਾਅੱਲਾ ਜੀ, ਲੋ ਜੀ ਮਲਕ ਸਾਹਿਬ ਦੇ ਗ੍ਰੇਟ ਅੱਠਵੇਂ ਦਿਹਾੜੇ ਜਿਹੜਾ ਹੈ ਨਾ ਮੇਰੀ ਮੱਝ ਕੋਲ 20 ਕਿਲੋ ਦੁੱਧ ਹੈ ਪੂਰਾ ਹਾਜ਼ਰ ਮੌਜੂਦ, ਆਉਣ ਦੀ ਰਿਕਾਰਡ ਗੱਲ ਹੈ, ਠੀਕ ਹੋ ਗਿਆ, ਠੀਕ ਹੈ। ਇਹ ਤੁਹਾਨੂੰ ਵੀ ਪਤਾ ਵੀ ਜਿਹਦੇ ਕੋਲ 12 ਵੇ ਉਹਦਾ 12 ਹੀ ਦੱਸਣਾ। ਦੇਖੋ ਜੀ ਮਲਕ ਸਾਹਿਬ, ਇਹ ਕੋਈ ਨਹੀਂ ਕਦੇ ਕੀਤਾ ਹੈ ਵੀ 12 ਵਾਲੀ ਦਾ ਵੀ 20 ਤੇ ਕਹਿ ਕੇ 10 ਵਾਲੀ ਦਾ ਵੀ 20, ਇਹ ਨਾ ਇਹ ਤਮਾਦ ਦਾ ਇਨਸ਼ਾਅੱਲਾ ਮਾਸ਼ਾਅੱਲਾ। ਤੇ ਫਿਰ ਜਿਹੜਾ ਵੀ ਇੱਕ ਭਰਾ ਟੁਰਾ ਹੋਵੇ ਨਾ
ਆ ਕੇ ਆਪਣਾ ਜਨਾਬ ਦੁੱਧ ਦੱਸਿਆ। ਇਹ ਅੱਗੇ ਵੀ ਵੀਡੀਓ ਚ ਐਲਾਨ ਹੁੰਦਾ ਕਿ ਪਹਿਲਾਂ ਮੌਕਿਆਂ ਤੇ ਆਵੇ, ਆ ਕੇ ਆਪਣਾ ਦੁੱਧ ਪੂਰਾ ਕਰੇ। ਚਲ ਇੱਕ ਹੋਰ ਵੀ ਗੱਲ ਹੈ, ਮੈਂ ਖੁਸ਼ ਹਾਂ ਉਸ ਬੰਦੇ ਦਾ, ਮੱਝ ਵੀ ਉਸ ਬੰਦੇ ਨੂੰ ਦੇਣੀ ਹੈ ਜਿਹੜਾ ਬੰਦਾ ਮੇਰੀ ਮੱਝ ਦੋਵੇਂ ਟਾਈਮ ਚੋਵੇ। ਠੀਕ ਹੋ ਗਿਆ ਜਨਾਬ, ਦੋ ਟਾਈਮ ਚੋਏਗਾ, ਉਹਦੇ ਦਿਲ ਚ ਤਸੱਲੀ ਹੋਵੇ ਜੀ ਜਿਹੜਾ ਦੁੱਧ ਦੱਸਿਆ ਨੇ ਸਾਈਆਂ ਨੇ ਪੂਰਾ ਜੀ। ਫਿਰ ਉਹਨੂੰ ਪੈਸੇ ਭਰ ਦਿਆਂ ਵੀ ਭਾਈ, ਚਲ ਕਿਸੇ ਕਿਸਮ ਦਾ ਦਰਦ ਨਹੀਂ ਹੋਣ ਲੱਗਾ ਜੀ। ਬਿਲਕੁਲ ਜੀ, ਮੱਝ ਆ ਕੇ ਚੋ ਕੇ ਦੁੱਧ ਪੂਰਾ ਕਰਨਾ ਮਾਲਕ ਦਾ ਕੰਮ, ਮਾਲਕ ਦਾ ਕੰਮ ਹੈ ਤੇ ਮੈਂ ਉਸ ਬੰਦੇ ਦਾ ਖੁਸ਼ ਹਾਂ। ਇਹ ਮੱਝ ਮੇਰੀ ਚੋ ਕੇ ਦੋ ਟਾਈਮ ਲੇ ਬੰਦਾ। ਵੈਰੀ ਗੁੱਡ ਜੀ, ਜਿਸ ਤੋਂ ਵੀ ਭਰਾ ਹੋਵੇ ਦੁੱਧ ਆ ਕੇ 20 ਕਿਲੋ ਜਿਹੜਾ ਹੈ ਨਾ ਭਾਈ ਸਾਹਿਬ, 20 ਕਿਲੋ ਦੁੱਧ ਪੂਰਾ ਹੋਵੇ ਦਾ ਮੱਝ ਕੋਲ ਹਾਜ਼ਰ ਮੌਜੂਦ ਹੈ। ਠੀਕ ਹੈ, ਮੈਣਾ ਨਹੀਂ ਮੱਝ ਨੇ ਸੱਟਿਆ ਹੀ ਹੈ, ਮੈਂ ਦੇਣੇ ਅੱਜ। ਠੀਕ ਹੈ, ਇਹ ਗੱਲ ਹੈ ਵੀ ਮੈਂ ਜਿਹੜੀ ਗਰੰਟੀ ਦਿਆਂਗਾ ਨਾ, ਜੇ 9 ਕਿਲੋ ਦੀ ਮੱਝ ਟਾਈਮ ਦਾ ਦੁੱਧ ਘੱਟ ਦੇ, ਠੀਕ ਹੈ, ਆਉਣੇ ਜਾਣੇ ਦਾ ਕਿਰਾਇਆ ਵੀ ਦਿਆਂਗਾ, ਤੁਹਾਨੂੰ ਫੋਨ ਵੀ ਕਰੇ ਬੰਦਾ ਤੇ ਮਾਦਰਤ ਵੀ ਕਰਾਂਗਾ। ਐਡੀਆਂ ਗਰੰਟੀਆਂ ਭਾਈ ਸਾਹਿਬ ਕੋਈ ਨਹੀਂ ਹੁੰਦੀਆਂ। ਲਓ ਜੀ, ਕੱਚੀ ਸੂਈ 9 ਕਿਲੋ ਟਾਈਮ ਦਾ ਦੁੱਧ ਦਿੱਤਾ। ਮਾਸ਼ਾਅੱਲਾ ਜਨਾਬ, 9 ਕਿਲੋ ਲਾ ਲੈ ਜੀ, ਅਸੀਂ ਬੰਨੋ ਇੱਕ ਵਾਰੀ ਝੋਟੀ ਨੂੰ ਜਿਹੜਾ ਹੈ ਨਾ ਦੁੱਧ ਵੱਧ ਦੇ, ਸਵਾਦ ਤਾਂ ਆਇਆ। ਵੈਰੀ ਗੁੱਡ, ਮੈਂ 9 ਕਿਲੋ ਟਾਈਮ ਦਾ ਦੁੱਧ ਬੰਦੇ ਨੂੰ ਪੂਰਾ ਕਰਾਉਣਾ ਆਪਣਾ, 12 ਤੋਂ 12 ਘੰਟਿਆਂ ਬਾਅਦ ਮੱਝ ਚੋਲੇ ਮੇਰੀ 3 ਟਾਈਮ। ਠੀਕ ਹੋ ਗਿਆ ਜਨਾਬ, ਜਿਹੜੇ ਵੀ ਭਰਾ 20 ਸੇਰੀ ਦੀ ਡਿਮਾਂਡ ਕਰਦੇ ਹੋ ਨਾ ਭਾਈ ਸਾਹਿਬ, 20 ਸੇਰ ਦੀ ਮੱਝ ਨਾ ਪਲੱਸ ਦੁੱਧ ਦੇਣਾ, ਜਿਸ ਵੇਲੇ ਮੱਝ ਵੰਡੇ ਫਰਾਕ ਤੇ ਲਾ ਕੇ ਮੈੜਾ ਸੱਟਿਆ ਨਾ, ਠੀਕ ਹੈ, ਅੱਲਾ ਗਵਾਹ ਜੇ ਮੱਝ ਨਾ ਕਹਿ ਕੇ 20 ਲੀਟਰ ਦੀ ਪਲੱਸ ਦੁੱਧ ਦੇ, ਅੱਲਾ ਕੋ 20 ਨਾਲ ਨਹੀਂ, ਕੋਈ 20 ਨਾਲ ਤਾਂ ਲੱਗਣੀ ਭਾਈ, 20 ਦੇ ਕੋਲੇ ਕੱਚੀ ਸੂਈ ਕੋਲੇ ਭਾਈ ਸਾਹਿਬ। ਮੈਂ ਜਦੋਂ 18 ਕਿਲੋ ਦੁੱਧ ਜਾਂਦਾ ਵੀ ਗਰੰਟੀ ਹੈ ਬੰਦਾ ਚੋਏ 3 ਟਾਈਮ। ਠੀਕ ਹੈ, ਤੇ ਇਹਦੇ ਨਾਲ ਫਿਰ ਵੱਡੀ ਕਿਹੜੀ ਗੱਲ ਜੀ। ਬਿਲਕੁਲ ਜੀ, ਜਿੱਥੋਂ ਵੀ ਕੋਈ ਟੂਰਾ ਹੋਵੇ ਆ ਕੇ ਆਪਣਾ ਦੁੱਧ ਪੂਰਾ ਕਰ ਲੈ ਤੇ ਬੁਲਾ ਲੈ ਇੱਕ ਵਾਰੀ। ਖੁਰ ਜਿਹੜੇ ਨੇ ਨਾ ਇਹ ਝੋਟੀ ਦੇ ਜਨਾਬ ਵਹਾਣੇ ਨੇ ਕਿ ਖੁਰ ਕੋਲ ਔਰ ਬੋਤੀ ਦੇ ਅੱਖਾਂ ਜਿਹੜੀਆਂ ਨੇ ਨਾ ਇਹ ਝੋਟੀ ਦੀਆਂ ਜਨਾਬ ਚੈੱਕ ਕਰਨੀਆਂ ਨੇ, ਫਿਰ ਲਿਬਾਸ ਦੀ ਚੌੜਾਈ ਜਿਹੜੀ ਹੈ ਨਾ ਫਿਰ ਇੱਕ ਵਾਰੀ ਜਨਾਬ ਝੋਟੀ ਦੀ ਚੈੱਕ ਕਰਨੀ ਹੈ, ਵੱਖੀ ਧੁੰਨੀ ਕੋਲੀ ਔਰ ਗਾੜੀ ਤਗੜੀ ਹੋਵੇਗੀ। ਭਾਈ ਨਿਸ਼ਾਨ, ਗਾੜੀ ਮੇਰੀ ਮੱਝ ਦੀ ਹੁਣ ਜੀ 4 ਸਿਰ ਕੱਢੇ, ਠੀਕ ਹੈ, ਮੱਝ ਲੈ ਕੇ ਜਾਣੀ ਹੈ ਜੀ, 7 ਸੇਰੀ ਬਾਲਟੀ ਹੈ ਨਾ ਜਿਹੜੀ, 7 ਸੇਰੀ ਬਾਲਟੀ, ਠੀਕ ਹੈ, ਉਹ ਮੱਝ ਅਗਲੀ ਗਾੜੀ ਨੂੰ ਭਰੇ ਦੀ ਝੱਗੂ ਸਣੇ। ਵੈਰੀ ਗੁੱਡ ਜਨਾਬ, ਠੀਕ ਹੈ, ਝੱਗ ਸਮੇਤ ਜਿਹੜਾ ਝੱਗ ਸਣੇ ਕਿ ਅਖੀ ਦਾ 4 ਕਿਲੋ ਬਾਲਟੀ ਜਿਹੜੀ 4 ਕਿਲੋ ਗਾੜੀ ਮੱਝ ਦੀ ਹੋਵੇ ਦੀ ਜੀ। ਠੀਕ ਹੋ ਗਿਆ ਜਨਾਬ, 4 ਕਿਲੋ ਇੱਕ ਟਾਈਮ ਦੀ ਜਿਹੜਾ ਹੈ ਨਾ ਤੇ ਝੋਟੀ ਕੋਲੇ ਮਾਸ਼ਾਅੱਲਾ ਜਨਾਬ ਗਾੜੀ ਹੈ, ਸਾਰੀ ਕੋਲੇ ਦੁੱਧ ਜਿਹੜਾ ਨਾ 20 ਕਿਲੋ ਤੇ ਹਾਜ਼ਰ ਮੌਕਾ, ਲੇਕਿਨ 2 ਕਿਲੋ ਘੱਟ 18 ਕਿਲੋਆਂ ਦੀ ਜਿਹੜਾ ਹੈ ਨਾ ਭਾਈ ਸਾਹਿਬ ਨੇ ਪੂਰਾ ਕਰਵਾ ਕੇ ਦਿਆਂਗਾ ਅੱਲਾ ਦੇ ਹੁਕਮੇ ਨਾਲ ਜੀ। ਤਾਂ ਸਾਡੇ ਡੇਰੇ ਦਾ ਜਦੋਂ ਵੀ ਬੰਦੇ ਕਿਸੇ ਨੇ 2-3 ਟਾਈਮ ਮੱਝ ਚੋਈ ਹੈ, ਇਨਸ਼ਾਅੱਲਾ ਦੁੱਧ ਪੂਰਾ ਹੋਇਆ ਜੀ। ਬਿਲਕੁਲ ਤੇ ਅਲਹਮਦੁਲਿਲਾ, ਔਰ ਤੁਹਾਨੂੰ ਕਿਸੇ ਨੇ ਫੋਨ ਤਾਂ ਨਹੀਂ ਕੀਤਾ ਹੈ ਵੀ ਅੱਜ ਤੱਕ ਮਲਿਕ ਸਾਹਿਬ ਕੋਲ ਦੂਜੇ ਟਾਈਮ ਮੱਝ ਚੋਈ ਹੈ ਤਾਂ ਦੁੱਧ ਹੋਰ ਦੱਸਿਆ ਨਾ ਤਾਂ ਹੋਇਆ ਹੋਰ, ਅੱਜ ਤੱਕ ਨਹੀਂ ਹੋਇਆ ਮਲਿਕ, ਇਨਸ਼ਾਅੱਲਾ ਆਉਣਾ ਵੀ ਨਹੀਂ ਭਾਈ। ਔਰ ਫਿਰ ਮਲਿਕ ਸਾਹਿਬ ਇੱਕ ਗੱਲ ਹੈ ਨਾ, ਇਹ ਨਾ ਇਹ ਤਮਾਦ ਦਾ ਚੋਖੀਆਂ ਮੱਝਾਂ ਜਿਹੜੀਆਂ ਨੇ ਨਾ ਇਹ ਜ਼ਬਾਨ ਗੱਲ ਕਰ ਸਕਣੀ ਹੈ, ਅਲਹਮਦੁਲਿਲਾ ਭਰਾ ਇਹ ਤਮਾਦ ਕਰਦੇ ਨੇ ਔਰ ਜ਼ਬਾਨ ਤੇ ਜਿਹੜਾ ਨਾ ਇਹ ਮਾਲ ਖਰੀਦ ਕੇ ਲੈ ਕੇ ਜਾਂਦੇ ਨੇ। ਮਲਿਕ ਸਾਹਿਬ ਦੀ ਗ੍ਰੇਟ ਕਿੰਨੇ ਦੇ ਜਨਾਬ ਨੇ ਝੋਟੀ ਦੇ ਸਕਣੀ ਭਾਈ ਸਾਹਿਬ, ਪੈਸੇ ਇਸ ਮੱਝ ਦੇ ਉਹ ਹੀ ਲਾਣੇ ਨੇ, ਮੈਂ ਕਦੇ ਨਹੀਂ ਆਖਿਆ ਵੀ ਇਹਦੇ ਚ ਸੋ ਨਹੀਂ ਛੱਡਣਾ, ਠੀਕ ਹੈ, ਇਹਦਾ ਮੁੱਲ ਵੀ ਇੰਜ ਦਾ ਲਾਣਾ ਕਿ ਹਰ ਬੰਦੇ ਦੀ ਸਮਝ ਚ ਆਵੇ। ਖੁਸ਼ ਰਹੋ ਬਾਬਾ ਸ਼ੇਰ, ਮੁੜ ਕੇ ਇਹਦਾ ਇੱਕ ਕੰਮ ਵੀ ਕਰਨਾ, ਜਿਹੜਾ ਮੁੱਲ ਲਾਣਾ ਉਹੀ ਪੈਸੇ ਲੈਣੇ ਨੇ, ਠੀਕ ਹੋ ਗਿਆ, ਧਾਣੇ ਨਹੀਂ ਹੈ, ਠੀਕ ਹੋ ਗਿਆ, ਠੀਕ ਹੈ ਜੀ। ਮੁੱਲ ਹੈ ਮੱਝ ਦਾ, ਜਿੱਕਣ ਮੇਰੀ ਮੱਝ ਹੈ ਜਾਂ ਜਿੱਕਣ ਮੱਝ ਕੋਲ ਦੁੱਧ ਹੈ ਜਾਂ ਜਿੱਕਣ ਮੱਝ ਦੀ ਅਸਲ ਨਸਲ ਤਾਂ ਉਹ ਸਣ ਹੈ ਜੀ। ਮੱਝ ਹੈ ਮੇਰੀ 8.5 ਲੱਖ ਰੁਪਈਏ ਦੀ, 100 ਰੁਪਈਆ ਵੀ ਨਹੀਂ ਘੱਟ, ਭਾਵੇਂ ਮੰਡੀ ਲੈ ਜਾਈਏ ਜਿਹੜੇ ਦਿਲ ਬਾਜ਼ਾਰ ਲੈ ਜਾਈਏ, ਠੀਕ ਹੋ ਗਿਆ ਜੀ। ਮੁੱਲ ਉਹ ਲਾਣ ਦਾ ਭਾਈ ਨਿਸ਼ਾਨ ਅੱਲਾ ਨੇ ਦਿੱਤੀ ਹੈ ਜੀ,
ਜੀ ਬਿਲਕੁਲ ਉਸੇ ਤਰ੍ਹਾਂ ਹੀ ਜਾਇਜ਼ ਰੋਜ਼ੀ ਲੈ ਕੇ ਦੇ ਛੱਡਣੀ ਹੈ। ਠੀਕ ਹੈ, ਮੱਝ 8.5 ਲੱਖ ਦੀ ਹੈ, ਅਸੀਂ ਭਾਈਆਂ ਨੇ 7 ਲੱਖ ਚੋਂ ਵੀ 10,000 ਰੁਪਇਆ ਨਹੀਂ ਲੈਣਾ। ਠੀਕ ਹੈ, 6,90,000 ਦੀ ਮੱਝ ਦੇਣੀ ਹੈ। ਤਾਂ ਉਹਦੀ ਕੋਸ਼ਿਸ਼ ਇਹ ਹੀ ਹੈ ਕਿ ਅਸੀਂ ਇੱਕ ਵਜ੍ਹਾ ਸਮਝ ਲਓ ਵੀ 7 ਵਾਲਾ ਹੀ 7 ਰੋੜਨੇ ਦਾ, ਉਹਦੀ ਮੱਝ ਦਾ ਮੁੱਲ ਬਣਦਾ 7,85,000 ਰੁਪਇਆ। ਇਹ ਜਿਹੜਾ ਦਾ ਤਲਕ ਹੈ, ਜਿੱਕਣ ਦਾ ਤਲਕ ਹੈ ਜਾਂ ਜਿੱਕਣ ਮੱਝ ਕੋਲ ਦੁੱਧ ਹੈ। ਠੀਕ ਹੋ ਗਿਆ, ਦੋ ਮੱਝਾਂ ਜਿੰਨਾ ਦੁੱਧ ਹੈ ਮੱਝ ਕੋਲ। ਲਓ ਜੀ 6,90,000 ਰੁਪਏ, 90,000 ਰੁਪਏ ਦੀ ਝੋਟੀ ਜਿੰਨਾ 20 ਦੀ ਜਿਸ ਭਰਾ ਨੂੰ ਪਸੰਦ ਆਵੇ ਨਾ। ਵੈਰੀ ਗੁੱਡ ਜਨਾਬ, ਲਿਆਓ ਜੀ ਅੱਗੇ ਕੋਲੋਂ ਜੀ ਝੋਟੀ ਜਿਹੜੀ ਹੈ ਨਾ ਜੀ, ਨੰਬਰ 3 ਬਲਾਲ ਇੱਥੇ ਜਿਹੜਾ ਨਾ ਝੋਟੀ ਪਹਿਲਾਂ ਵੱਜੀ ਜਿਹੜੀ ਹੈ ਨਾ, ਇਹ ਸਾਈਡ ਤੋਂ ਹੋ ਕੇ ਮੁਕੰਮਲ ਹਾਈਟ ਜਿਹੜੀ ਹੈ ਨਾ ਐਡੇ ਕੱਦ ਹੋਣ ਦੇ ਤੇ ਨਾ ਐਡੀਆਂ ਵੱਡੀਆਂ ਝੋਟੀਆਂ ਭਾਈ ਸ਼ਾਨ ਬਣਦੀਆਂ, ਔਰ ਲਾਲੇ ਰਾਂ ਦੇ ਸਿਰ ਨਾਲ ਵੀ ਮੂੰਹ ਚੁੱਕਣ ਦੀਆਂ ਤੇ ਮਾੜਾ ਬੰਦਾ ਮਸਾਲੇ ਹੀ ਨੀ ਦੇ ਸਕਣ ਲਗਾ ਅੱਲਾ ਦੇ ਹੁਕਮ ਨਾਲ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਇੱਕ ਨਹੀਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ 4 ਝੋਟੀਆਂ ਨੇ ਨਾ ਸ਼ੌਕੀਨ, ਇਹ 4 ਜਨਾਬ ਝੋਟੀਆਂ ਇੱਕ ਝੋਟ ਦੀਆਂ ਨੇ। ਅਗਲੀ ਪਸੰਦ ਜਨਾਬ ਤੁਹਾਡੀ ਹੈ, ਜਿੰਨੇ ਵੀ ਆਪਣੇ ਸਬਸਕ੍ਰਾਈਬਰ ਔਰ ਫਾਲੋਅਰ ਨੇ ਨਾ ਆਪਣੀ ਆਪਣੀ ਪਸੰਦ ਜਨਾਬ, ਇੱਕ ਨੰਬਰ ਤੋਂ ਲੈ ਕੇ 4 ਨੰਬਰ ਤੱਕ ਜਿਹਦੀ ਜਿਹੜੀ ਪਸੰਦ ਆਵੇ ਹਾਜ਼ਰ ਤਾਬਿਆਦਾਰ ਜਿਹੜਾ ਨਾ, ਔਰ ਫਿਰ ਲਫਾਫ ਦੀ ਖੂਬਸੂਰਤੀ ਜਿਹੜਾ ਨਾ ਪਹਿਚਾਨ ਹੈ। ਦੂਜਾ ਸੁਆ ਲਾਇਆ ਝੋਟੀ ਨੇ, ਠੀਕ ਹੈ ਠੀਕ ਹੈ ਜੀ, ਭਰਾ ਦਾ ਨਸਲ ਤੱਕ ਲੈਣ ਲਾਲਾ ਜੀ ਪਿੱਛੇ ਇੰਜਨੀਆਂ ਮੱਝਾਂ ਕਿਹ ਕੇ ਉੱਧਰ ਜਾਣ ਦਿਓ, ਇੰਜਨੀਆਂ ਮੱਝਾਂ ਪੁਰਾਣਿਆਂ ਜ਼ਮਾਨਿਆਂ ਚ ਹੁੰਦੀਆਂ ਭਾਈ ਜਾਣੇ ਤੇ ਇਹ ਵੰਡਾਂ ਦੀਆਂ ਤੇ ਇਹ ਮੱਝਾਂ ਦੇ ਵਜੂਦ ਤੇ ਇੰਜ ਮੱਝਾਂ ਕੋਲੀ ਤੇ ਧੁੰਨੀ ਤੱਕਣੀ ਮਾਈ ਜੀ ਕਿੱਡੀ ਵੱਡੀ ਹੋ ਗਈ, ਬਿਲਕੁਲ ਗੰਨ ਜੋੜ ਜਿਹੜਾ ਨਵੇਂ ਗਿਓ ਤਾਂ ਪੁਛਲੀ ਤੱਕਣੀ ਧਾਗੇ ਵਰਗੀ ਕਿੱਡੀ ਵੱਡੀ ਝੋਟੀ ਹੋ ਗਏ ਕੋਈ ਕਿਸੇ ਦਾ। ਹਾਂਜੀ ਮਾਸ਼ਾਅੱਲਾ ਜੀ, ਬਰੀਕ ਪੁਛਲੀ ਹੋਵੇ ਕਿ ਇੱਕ ਦੀ ਨੇ 4 ਝੋਟੀਆਂ ਲੱਗਣੀਆਂ ਨੇ ਚੌਵਾਂ ਦੀ ਜਿਹੜਾ ਨਾ, ਔਰ ਇੱਕ ਇੱਕ ਮੁੱਠ ਥਾਣ ਹੋਣਗੇ ਚੌਵਾਂ ਝੋਟੀਆਂ। ਇਹ ਮੱਝ ਦਾ ਬੱਚਾ ਗਿਆ ਮਾਰ, ਠੀਕ ਹੋ ਗਿਆ ਠੀਕ ਹੈ, ਔਰ ਇਹ ਇਹਦਾ ਪਹਾੜਾ, ਪਹਾੜਾ ਨਹੀਂ ਜੀ, ਦਿਲ ਕਰੇ ਤਾਂ ਜੁੱਟ ਰੋਡ ਦਾ ਰਸਾ ਸੱਟ ਕੇ ਚੋਲੋਸ ਧਾਰ ਦੇ ਕੇ, ਠੀਕ ਹੈ, ਦਿਲ ਕਰੇ ਤਾਂ ਕੇ ਵੰਡਾ ਪਾ ਕੇ ਜੂੜ ਲਾ ਕੇ ਚੋਲੋਸ ਜੀ, ਉਹ ਕੋਈ ਨੀ, ਕਦੇ ਬੰਦਾ 3 ਘੰਟਿਆਂ ਬਾਅਦ ਕੋਈ ਪ੍ਰਾਹੁਣਾ ਆਇਆ ਨਾ, ਠੀਕ ਹੈ, ਫੇਰ ਥਾਪੜਾ ਮਾਰ ਕੇ ਧਾਰ ਦੇਣੀ ਹੈ ਪਸੰਦ ਜਾਣਾ, ਇੰਜ ਦੀਆਂ ਸਾਲਤਾਂ ਇੰਜ ਦੀ ਨਸਲ ਹੈ। ਅਗਲੀ ਵੀ ਗੱਲ ਸੁਣੋ, ਮੈਂ ਕਦੇ ਮੱਝ ਦੂਜਾ ਬੱਚਾ ਲੰਦੀਆਂ ਘੱਟ ਸਕੀਆਂ ਨੇ ਦੂਜੀ ਮੱਝ ਦਾ, ਠੀਕ ਹੈ, ਇਹਨੂੰ ਇਹਨਾਂ ਬੱਚਿਆਂ ਚ ਜਿਹੜਾ ਦਿਲ ਹੈ ਬੱਚਾ ਛੱਡੋ ਤਾਂ ਵੀ ਪਸੰਦ ਹੈ, ਹਲਣ ਨਹੀਂ ਲੱਗੇ, ਹਲਣ ਨਹੀਂ ਲੱਗੇ, ਵੈਰੀ ਗੁੱਡ, ਠੀਕ ਹੈ, ਇੰਜ ਦੀ ਝੋਟੀ ਹੈ ਜਿਹੜਾ ਇੰਜ ਦੀ ਮੱਝ ਅੱਲਾ ਦੇ ਹੁਕਮ ਨਾਲ ਭਾਈ ਜਾਨ, ਬੱਚਾ ਨਹੀਂ ਵੀ ਹੈ ਤਾਂ ਵੀ ਨਹੀਂ ਲੱਗੇ, ਨਾਨਾ ਵੀ ਪਹਾੜਾ ਪਾਓ ਥਾਪੜਾ ਮਾਰ ਗਿਆ, ਹੁਣ ਇੱਥੇ ਮੱਝ ਖਿਲਾ ਕੇ ਥਾਪੜਾ ਮਾਰਨੇ ਮੱਝ ਧਾਰ ਦੇ, ਠੀਕ ਹੋ ਗਿਆ, ਠੀਕ ਹੈ, ਬੱਚਾ ਕਿਸੇ ਮੱਝ ਦਾ ਹੋਰ ਦਾ ਵੀ ਲਾਓ ਮੱਝ ਨੂੰ ਤਾਂ ਵੀ ਮੱਝ ਪਸੰਦ ਹੈ ਜੀ, ਠੀਕ ਹੋ ਗਿਆ ਜਨਾਬ, ਇਸ ਤਰ੍ਹਾਂ ਦੀ ਜਿਹੜਾ ਨਾ ਮਾਸ਼ਾਅੱਲਾ ਸੂਜਣ ਇਹ ਝੋਟੀ ਹੈ ਤੇ ਨਾ ਐਡੇ ਭਾਈ ਸਾਹਿਬ ਨੇ ਖਾਦ ਦੇ ਤੇ ਨਾ ਐਡੀਆਂ ਲੰਬਾਈਆਂ ਤੇ ਨਾ ਐਡੀਆਂ ਮੱਝਾਂ ਦੀਆਂ ਗੱਡੀ ਵਿੱਚ ਪਤਾ ਮਾਲ ਸ਼ਾਲ ਜ਼ਿਆਦਾ ਹੁੰਦਾ, ਠੀਕ ਹੈ, ਬੱਚਾ ਇਹਦਾ ਮਰ ਗਿਆ ਜੀ, ਵੀਡੀਓ ਮੇਰੇ ਕੋਲ ਮੌਜੂਦ ਹੈ ਬੱਚੇ ਦੀ, ਠੀਕ ਹੋ ਗਿਆ, ਸਮਝ ਗਿਆ, ਜਿਸ ਬੰਦੇ ਨੂੰ ਸਬੂਤ ਪ੍ਰੂਫ ਵੀ ਚਾਹੀਦਾ ਹੋਵੇ ਜੀ ਬਿਲਕੁਲ, ਉਹ ਪਰਸਨਲ ਵਟਸਐਪ ਤੇ ਮੰਗਾ ਲਾ, ਜਿਹਨੇ ਮੱਝ ਬੱਚਾ ਨਹੀਂ ਲੈ ਲੈਂਦੀ 2-4 ਹਜ਼ਾਰ ਦਾ ਲੈ ਕੇ ਮਗਰ ਲਾ ਲਈਏ, ਠੀਕ ਹੈ, ਬੱਚਾ ਲੰਘ ਗਿਆ ਜੀ, ਬੜਾ ਲਈ ਆਪਣਾ ਸੂਲ ਹੈ ਭਾਈ ਸ਼ਾਨ ਜੀ, ਬਿਲਕੁਲ ਜੀ, ਮੱਝ ਕਦੇ 10 ਲੱਖ ਰੁਪਈਏ ਦੀ ਹੋਈ ਹੈ ਨਾ ਜੀ, ਜੇ ਬੱਚਾ ਮਰ ਗਿਆ ਤੇ ਬੱਚਾ ਮੋਈ ਕਰਕੇ ਵੇਚਣੀ ਹੈ, ਵੈਰੀ ਗੁੱਡ ਜਨਾਬ, ਠੀਕ ਹੈ, ਲੋ ਜੀ ਮਲਕ ਸਾਹਿਬ ਇਹ ਦੇਖੋ ਨਾ ਵੀ ਮੱਝ ਖੁੱਲੀ ਹੈ, ਇਹ ਧਾਰ ਭਾਈ ਬਿਲਾਲ ਦਿਖਾਈ ਜ਼ਰਾ, ਇੱਥੇ ਧਾਰ ਦੇਣੀ ਹੈ, ਕੋਈ ਰਸਾ ਦੇ ਧਾਰ ਲਾ ਲੈ ਕੋਈ ਮੱਝ ਨੂੰ, ਰਸੇ ਦੀ ਜ਼ਰੂਰਤ ਨਹੀਂ,
ਵੰਗੇ ਦੀ ਜ਼ਰੂਰਤ ਨਹੀਂ, ਕੋਈ ਵੰਗੇ ਦੀ ਲੋੜ ਨਹੀਂ, ਕੋਈ ਰੱਸੇ ਦੀ ਲੋੜ ਨਹੀਂ, ਇੱਥੇ ਹੀ ਧਾਰ ਦੇਣੀ ਹੈ ਝੋਟੀ ਨੂੰ ਪਸਮ ਜਾਣਾ ਮਾਸ਼ਾਅੱਲਾ ਜਨਾਬ, ਅੱਗੇ ਪਹਾੜਾ ਪਾ ਲਓ, ਵੰਗਾ ਲਾ ਲਓ, ਤਾਂ ਵੀ ਮੱਝ ਹਲਦੀ ਨਹੀਂ ਹੈ, ਜੂੜ ਲੱਗੀ ਹੈ ਪਿਛਲੇ ਦਿਨ, ਠੀਕ ਹੈ, ਰੱਸਾ ਭਾਵੇਂ ਗਲੀ ਚ ਸੱਟ ਕੇ ਉੱਪਰ ਧਾਰ ਦਿਓ, ਭਾਈ ਸ਼ਾਨ ਮਿਲੇ ਦੀ ਮੱਝ ਇੰਜ ਜਿਕਰ ਸਵਾਦ ਦਾ ਕੰਮ ਹੈ, ਰਾਜ਼ੀਆਂ ਤੇਰੇ ਤੋਂ ਅੱਧ ਮੁੱਕੀ ਹੈ ਸਾਲਤਾਂ ਸ਼ਰਾਫਤਾਂ ਦੀ, ਜਿਹੜਾ ਨਸਲ ਦੀ ਵੀ ਮਾਸ਼ਾਅੱਲਾ ਜੀ, ਨਸਲ ਦੀ ਔਰ ਸਾਲਤਾਂ ਸ਼ਰਾਫਤਾਂ ਦੀ ਜਿਹੜਾ ਨਾ ਇਹ ਜਨਾਬ ਕਮਾਲ ਜਿਹੜਾ ਨਾ ਇਸ ਝੋਟੀ ਹੈ ਨੰਬਰ 3 ਔਰ ਸੂਜਨ ਮਲਿਕ ਸਾਹਿਬ ਕਿੰਨੇ ਕੁ ਢੰਗ ਹੋ ਗਏ ਨੇ ਇਹਨੂੰ ਸੋਏ ਆ ਭਾਈ ਸ਼ਾਨ ਨੇ ਇਹਨੂੰ ਸੋਇਆ ਮੈੜਾ ਝੋਟੀ 2 ਦਿਹਾੜੇ ਪਹਿਲਾਂ ਸੜਦੀ ਲਈ ਹੈ, ਆਖਰੀ ਜਾਲੇ ਹੁਣ ਲੱਗੀ ਜਾ ਕਰਨ, ਗੱਲ ਬਣ ਅੱਜ 16 17 18 ਦਿਨ ਹੋ ਗਏ, ਲੋ ਜੀ 8 ਤੋਂ ਸਾਫ ਹੋ ਗਏ, ਰਾਤ ਮੱਝ ਸੱਟ ਕੇ ਦੁੱਧ ਤਮਾਜ ਆਈ ਆ, ਠੀਕ ਹੋ ਗਿਆ ਜੀ, ਸਾਫ ਜਾਲਾ ਜਿਹੜਾ ਇਹਨੂੰ ਮੱਝ ਨੇ ਸੱਟ ਛੱਡਿਆ, ਸੂਵੇ ਤਰਾਵੇ ਮੁਕੰਮਲ ਹੋ ਗਏ ਨੇ, ਮੇਰੀ ਮੱਝੀ ਕੋਲ 16 ਤੋਂ 17 ਕਿਲੋ ਦੁੱਧ ਆਣ ਕੇ ਪੂਰਾ, ਠੀਕ ਹੋ ਗਿਆ, ਠੀਕ ਹੈ, ਮੈਂ ਇਸੇ ਗੱਲੇ ਪਹਿਲਾਂ ਮੁਤਾਬਿਕ ਕੀਤੀ ਹੈ, ਮੱਝਾਂ ਹੁਸਨ ਚ ਵੀ ਹੋਣਗੀਆਂ, ਨਸਲ ਚ ਵੀ ਹੋਣਗੀਆਂ, ਦੁੱਧ ਵੀ ਅੱਲਾ ਦੇ ਹੁਕਮੇ ਨਾਲ ਮੱਝਾਂ 18 ਸੇਰੀਆਂ 20 ਸੇਰੀਆਂ ਹੋਣਗੀਆਂ, ਮਾਸ਼ਾਅੱਲਾ ਜਨਾਬ, ਲੋ ਜੀ 16 ਤੋਂ 17 ਕਿਲੋ ਜਿਹੜਾ ਹੈ ਨਾ ਭਾਈ ਬਿਲਾਲ, ਕਿੱਡੀ ਵੱਡੀ ਝੋਟੀ ਹੈ ਭਾਈ ਸ਼ਾਹ ਨੂੰ ਰਾਵਿਓ ਜੀ, ਬਿਲਕੁਲ ਉਂਗਲ ਤਾਂ ਲਪੇਟ ਲਈ ਹੈ ਨਾ, ਤਾਂ ਇਹ ਆਉਂਦੇ ਨਾ ਮਸੂਬੇ ਦਾ ਰਿਆਜ਼ ਸਿਆਲਕੋਟ ਦੇ ਜੇਬ ਸਾਹਮਣੇ ਜੀ ਪਾਲ ਨੇ ਪੁੱਛਣ ਜੀ, ਬਿਲਕੁਲ ਪੁੱਛਣ ਸਾਹਮਣੇ ਜੇਬ ਚ ਪੈ ਜਾਂਦਾ ਜੀ, ਬਿਲਕੁਲ ਜੀ, ਬਰੀਕ ਪੁੱਛਣ ਮਾਸ਼ਾਅੱਲਾ ਜਨਾਬ, ਝੋਟੀ ਕੋਲ ਤੇ ਦੁੱਧ ਵੀ ਜਿਹੜਾ ਨਾ 16 ਤੋਂ 17 ਕਿਲੋ ਜਿਹੜਾ ਨਾ ਹਾਜ਼ਰ ਮੋਕਿਆ, ਝੋਟੀ ਜਨਾਬ ਨੰਬਰ 3 ਔਰ ਬੱਚਾ ਮੋਈ ਕੋਲ ਸਾਲਤਾ ਸ਼ਰਾਫਤਾਂ ਜਿਹੜੀਆਂ ਨੇ ਇਹ ਝੋਟੀ ਦੀਆਂ ਚੈੱਕ ਕਰਾ ਸੜੀਆਂ ਨੇ ਕਿ ਪਹਾੜੇ ਜਿਹੜਾ ਨਾ ਇਹ ਝੋਟੀ ਜਨਾਬ ਲੱਗ ਗਈ ਹੈ ਪਹਾੜਾ ਤੇ, ਇੱਕ ਤਾਪੜਾ ਮਾਰ ਕੇ ਜਿੱਥੇ ਦਿਲ ਕਰਦਾ ਝੋਟੀ ਦੇ ਥੱਲੇ ਪੈ ਜਾਓ ਤੇ ਧਾਰ ਦੇਣੀ ਹੈ, ਤੇ ਝੋਟੀ ਦੇ ਜਨਾਬ ਮਾਸ਼ਾਅੱਲਾ ਜਨਾਬ ਇੰਜ ਦਾ ਜਿਹੜਾ ਹੈ ਨਾ ਇਹ ਝੋਟੀ ਦਾ ਮਿਲਣ ਜਿਲਣ ਹੈ, ਔਰ ਜੀ ਬਿਲਕੁਲ ਜੀ, ਬਰੀਕ ਜਿਹੜਾ ਨਾ ਹਾਈਟ ਚੰਗੀ, ਪੁੱਠਾ ਚੰਗਾ, ਛੱਤ ਚੰਗਾ, ਛਣ ਚੰਗਾ, ਲਬਾਸ ਚੰਗਾ, ਔਰ ਦੁੱਧ ਝੋਟੀ ਕੋਲ ਜਿਹੜਾ ਨਾ ਚੰਗਾ, ਭਾਈ ਸ਼ਾਨ 8-8.5 ਕਿਲੋ ਟਾਈਮ ਦਾ ਦੁੱਧ ਮੱਝ ਦੇ ਨਾ, ਪੈਸਿਆਂ ਦਾ ਹੱਕਦਾਰ ਆ, ਘੱਟ ਹੋਵੇ ਤਾਂ ਕਿਆ ਕਹਿੰਦਾ ਜੀ, ਮੁੱਲ ਅਗਲੇ ਦੀ ਮਰਜ਼ੀ ਦਾ ਮੰਨ ਲਾਂਦਾ, ਜਿਤਨੇ ਉਹਨਾਂ ਘਟਾਏ ਵਿੱਚੋਂ ਜੀ, ਠੀਕ ਹੋ ਗਿਆ, ਅਗਰ ਉਹ ਕੋਈ ਵੀ ਬੰਦਾ ਜਿਹੜਾ ਵੀ ਬਵੇ ਨਾ ਮਾਈ ਦੇ ਥੱਲੇ, ਠੀਕ ਹੈ, ਠੀਕ ਹੈ ਜੀ, ਬਣਾ ਸਿੱਧੀ ਹੁਣ ਇਹ ਅਲਣ ਨਹੀਂ ਲੱਗੀ, ਜਿਹਦਾ ਦਿਲ ਕਰਦਾ ਥਾਪੜਾ ਜਿਹੜਾ ਵੀ ਬਵੇ, ਭਾਈ ਸ਼ਾਨ ਨੇ ਧਾਰ ਦੇਣੀ ਹੈ ਮੱਝ ਨੂੰ ਜੀ, ਬਿਲਕੁਲ ਕੁਛ ਚੁਆਈ ਸਕਣ ਮੱਝ ਦੀ, ਕਿਆ ਕਹਿੰਦਾ ਮਾਸ਼ਾਅੱਲਾ ਮੋਟੀ ਚੁਆਈ ਜਿਹੜਾ ਨਾ, ਜੁਆ ਮੋਟੀ ਮੋਟਾ ਔਰ ਗੋਲ ਜਨਾਬ ਨੇ ਝੋਟੀ ਦੇ ਜਿਹੜੇ ਪੈਸੇ ਲੈਣੇ ਨੇ 1, 2, 3, 4 8.5 ਦੀ ਮੱਝ ਮੇਰੀ, ਠੀਕ ਹੈ, ਠੀਕ ਹੈ ਜੀ, ਬੱਚਾ ਗਿਆ ਮੱਝ ਦਾ ਮਾਰ, ਠੀਕ ਹੈ, ਦੁੱਧ ਮੱਝ ਕੋਲ 2 ਮੱਝਾਂ ਨਿਕਲਣਾ, ਦੁੱਧ ਚੰਗਾ ਮਾਈ, ਦੁੱਧ ਚੰਗਾ, ਉਹ ਅੱਜ ਜਿਸ ਭਰਾ ਨੂੰ ਭਾਈ ਸ਼ਾਨ ਪਸੰਦ ਆਈ ਜੀ, ਫਾਈਨਲ ਜਾਂ ਰੇਟ ਦਾ ਲਾਣਾ ਮਕੂਲ ਜਾਂ ਕਰਕੇ ਇੱਕੋ ਗੱਲ ਕਰ, 2,35,000 ਦੀ ਮੱਝ ਦੇਣੀ ਹੈ, ਯਾ ਰਾਜ਼ੀ ਹਾਂ ਤੇਰੇ ਤੋਂ, ਮਰ ਕਾ ਜਿਸ ਭਰਾ ਨੂੰ ਪਸੰਦ ਆਵੇ, ਲੋ ਜੀ ਝੋਟੀ ਜਿਹੜੀ ਹੈ ਨਾ ਬੱਚਾ ਮੋਏ 6,35,000, 6,35,000 ਰੁਪਏ ਦੀ ਦੁੱਧ 16 ਤੋਂ 17 ਮਰੀਆਂ ਮੱਝਾਂ ਦਾ ਤਲਕ ਨਹੀਂ ਨਾ ਮੁੱਲਾ ਨਾਲ ਹੋਣ ਲੱਗਾ ਭਾਈ ਸ਼ਾਨ, ਚਲੋ ਇਹ ਤੇ ਮਲਕ ਸਾਹਿਬ ਹੋਣੇ ਜਿਸ ਤੇ ਵੀਡੀਓ ਅਪਲੋਡ ਹੋਣੀ ਹੈ ਨਾ, ਆ ਤਾਂ ਜਿਹੜੇ ਬੰਦੇ ਦੁੱਧ ਆਂਦੇ ਨੇ ਮੰਨਦੇ ਨਹੀਂ, ਮੇਰੀ ਮੱਝ ਕਿਸੇ ਨੇ ਵੀ ਦੁੱਧ ਥੋੜਾ ਦਿੱਤਾ ਭਾਈ
ਅਸਲ ਬਰੀਡ ਵਾਲੀ ਝੋਟੀ ਹੋਵੇ ਦੀ ਤੇ ਭਾਈ ਸ਼ਾਹ ਨਸਲ ਤੱਕਣੀ ਹੈ, ਉਹ ਸਣਤ ਤੱਕਣਾ ਹੈ ਤਾਂ ਜਿਹੜੀ ਬੂਥੀ ਦਾ ਲੋ ਜੀ ਬੂਥੀ ਵੇਖਣੀ ਹੈ ਤੇ ਫਿਰ ਅੱਖਾਂ ਜਿਹੜੀਆਂ ਨੇ ਨਾ ਪਹਿਲਣ ਝੋਟੀ ਭਾਈ ਸ਼ਾਹ ਨੇ ਤੇ ਤੁਹਾਨੂੰ ਪਤਾ ਵੀ ਮੇਰੀ ਵੀਡੀਓ ਵਿੱਚ ਪਹਿਲਣ ਮੱਝ ਕਦੇ ਕਦੇ ਇੰਜ ਦੀ ਲੱਭ ਜਾਂਦੀ ਜੀ ਬਿਲਕੁਲ ਠੀਕ ਹੈ ਤਾਂ ਪਹਿਲਣਾ ਮੱਝਾਂ ਨੇ ਰਿਕਾਰਡ ਬਣਾਏ ਨੇ ਜਿੱਥੇ ਜਿੱਥੇ ਵੀ ਦਿੱਤੀਆਂ ਮਾਸ਼ਾਅੱਲਾ ਜਨਾਬ ਔਰ ਪਹਿਲਣਾ ਦੀ ਇੰਨੀ ਕੋਈ ਡਿਮਾਂਡ ਹੈ ਮੇਰਾ ਦਿਲ ਕੋਈ ਨਹੀਂ ਹੈ ਭਾਈ ਸ਼ਾਹ ਝੋਟੀ ਨੂੰ ਲਾਣ ਦਾ ਝੋਟੀ ਸੂਈ ਹੈ ਪਰਸੋਂ ਝੋਟੀ ਨੇ ਲੋਹ ਸ਼ੋ ਬੜੀ ਭਾਲ ਛਾਲ ਕੀਤੀ ਤੁਹਾਨੂੰ ਪਤਾ ਪਹਿਲਣ ਡੰਗਰ ਦਾ ਭਾਲ ਚੰਗੇ ਕਰਦਾ ਜੀ ਬਿਲਕੁਲ ਤਾਂ ਕੁਝ ਚੰਗੀਆਂ ਮੱਝਾਂ ਜਿਹੜੀਆਂ ਨੇ ਉਹ ਵੀ ਬੜੀ ਭਾਲ ਕਰਦੀਆਂ ਮਾਸ਼ਾਅੱਲਾ ਤੇ ਫਿਰ ਪਹਿਲਣ ਦਾ ਠੀਕ ਹੈ ਲਬਾਸ ਤੇ ਪੁੱਠਾ ਜਿਹੜਾ ਹੈ ਨਾ ਹਾਂ ਉਂਝ ਜੇ ਮੱਝ ਅੱਜ ਆ ਗਈ ਕਿਸੇ ਦੀ ਸਮਝ ਵਿੱਚ ਤਾਂ ਬਾਬਿਆ ਅਗਲੇ ਵਾਰ ਆਈ ਤਾਂ ਫਿਰ ਮੁੱਲ ਵੀ ਹੋ ਰਹੀ ਹੋਵੇ ਤੇ ਮੱਝ ਵੀ ਹੋ ਰਹੀ ਹੋਵੇ ਲੇਕਿਨ ਅੱਲਾਹ ਦੇ ਹੁਕਮ ਨਾਲ ਮਲਕ ਸਾਹਿਬ ਅੱਜ ਵੀ ਜਿਹੜਾ ਭਾਈ ਸ਼ਾਹ ਨੇ ਭਾਲ ਕੀਤੀ ਹੈ ਥਾਂ ਦਾ ਮੱਠੀ ਮੱਠੀ ਝੋਟੀ ਨੇ ਠੀਕ ਹੈ ਠੀਕ ਹੈ ਝੋਟੀ ਸ਼ਾਮ ਦੀ ਚੋਲ ਛੱਡੀ ਹੈ ਕੋਈ ਮੱਝ ਅਵਰ ਨਹੀਂ ਕੀਤੀ ਹੈ ਠੀਕ ਹੋ ਗਿਆ ਠੀਕ ਹੈ ਜੀ ਬਿਲਕੁਲ ਅੱਲਾਹ ਦੇ ਹੁਕਮ ਨਾਲ ਸਮਝੋ ਟਾਈਮ ਤੇ ਖਲੋਤੀ ਹੈ ਮਾਸ਼ਾਅੱਲਾ ਜੀ ਟਾਈਮੋ ਟਾਈਮ ਇਸੇ ਤਰ੍ਹਾਂ ਐਡਾ ਚੋੜਾ ਲਿਬਾਸ ਤੇ ਐਡਾ ਖੁੱਲਾ ਲਿਬਾਸ ਭਾਈ ਸ਼ਾਹ ਨੇ ਜੀ ਬਿਲਕੁਲ ਸਾਰੀਆਂ ਪਹਿਲਣਾ ਮੱਝਾਂ ਨੂੰ ਨਾ ਤੇ ਐਡੀ ਹਾਈਟ ਤੇ ਐਡੇ ਪੁੱਠੇ ਸੋਹਣੇ ਮਾਸ਼ਾਅੱਲਾ ਤੇ ਫਿਰ ਝੋਟੀ ਦਾ ਨਹਿਰਾ ਜਿਹੜਾ ਨਾ ਨਾ ਲਾਲਾ ਜੀ ਕੋਈ ਤੁਰਨ ਦੇ ਮੱਝ ਨੂੰ ਕਹੀ ਦਾ ਜਿਹੜਾ ਨਿਕਲਦੀ ਮੱਝ ਇਹਨੂੰ ਤੁਰ ਕੇ ਦਿਖਾਉਣ ਦੇ ਭਰਾਵਾਂ ਜੀ ਬਿਲਕੁਲ ਜੀ ਝੋਟੀ ਦਾ ਜਿਹੜਾ ਹੁਸਨ ਹੈ ਨਾ ਇਹ ਭਰਾਵਾਂ ਦੇ ਬੈ ਚੈੱਕ ਕਰਨਾ ਤੇ ਫਿਰ ਬਰੀਕ ਪੁੱਠੀ ਔਰ ਧੋਣ ਤੋਂ ਬਰੀਕ ਜਿਹੜਾ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਹੋ ਜੇ ਮੱਝਾਂ ਵਲੈਤੀ ਨਹੀਂ ਤੇ ਫਿਰ ਆਖੋ ਮਲਕ ਸਾਹਿਬ ਮੱਝ ਤੁਹਾਡੀ ਕੋਈ ਵੀ ਵਲੈਤੀ ਨਹੀਂ ਮਲਕ ਸਾਹਿਬ ਇੱਕ ਨਹੀਂ ਮਾਸ਼ਾਅੱਲਾ ਜੀ ਚਾਰੇ ਝੋਟੀਆਂ ਜਿਹੜੀਆਂ ਨੇ ਨਾ ਇਹ ਮਾਸ਼ਾਅੱਲਾ ਦੇ ਜਨਾਬ ਹੱਕਦਾਰ ਨੇ ਔਰ ਚਲੋ ਲੈਣਾ ਦੇਣਾ ਨਸੀਬ ਨਾ ਭਾਈ ਸ਼ਾਹ ਜਿਹੜੇ ਭਰਾ ਵੀ ਤੱਕ ਨਾ ਮਾਸ਼ਾਅੱਲਾ ਦਾ ਕਮੈਂਟ ਕਰ ਦੇਣਾ ਹੌਸਲਾ ਫਜ਼ਾਈ ਹੋ ਜਾਂਦੀ ਹੈ ਠੀਕ ਹੈ ਬਾਕੀ ਚਲੋ ਮੌਲ ਤੇ ਦੇਖੋ ਨਾ ਕਦੇ ਵੀ ਨਹੀਂ ਰਿਹਾ ਵਿਕ ਨੂੰ ਵਿਕਾਣੂ ਜੀ ਬਿਲਕੁਲ ਠੀਕ ਹੈ ਅਲਹਮਦੁਲਿਲਾ ਇਹ ਅੱਲਾਹ ਪਾਕ ਦਾ ਕਰਮ ਹੈ ਕਿ ਭਰਾਵਾਂ ਨੂੰ ਇੰਤਜ਼ਾਰ ਹੁੰਦੀ ਹੈ ਜਿਹੜਾ ਹੈ ਨਾ ਇਹ ਵੀਡੀਓ ਦੇ ਜਿਹੜਾ ਜਿਹੜਾ ਪਸੰਦ ਆਉਂਦਾ ਜਨਾਬ ਉਹ ਖਰੀਦ ਲੈਂਦੇ ਨੇ ਪਹਿਲਾਂ ਝੋਟੀ ਹੈ ਮਲਕ ਸਾਹਿਬ ਜਿਹੜਾ ਤੱਕਣਾ ਭਾਈ ਖਾਨ ਜੀ ਝੋਟੀ ਵੀ ਭਾਈ ਸ਼ਾਨ ਮੇਰੀ ਦੁੱਧ ਜੇ 17-18 ਸੇਰੀ ਦੇ ਨਾ ਤੇ ਫੇਰ ਗੱਲ ਨੂੰ ਮੰਨਣਾ ਵੀ ਨਸਲ ਵੀ ਹੈ ਐਸੇ ਤੇ ਜੂ ਵੀ ਹੈ ਪਹਿਲਣ ਝੋਟੀ ਪਹਿਲਣ ਉਹ ਕਹਿੰਦਾ ਪਹਿਲਣਾ ਨੇ 20 ਸੇਰ ਵੀ ਦਿੱਤਾ ਔਰ ਫਿਰ ਮਲਕ ਸਾਹਿਬ ਪਹਿਲਣ ਝੋਟੀ ਹੈ ਬਰੀਡ ਵਾਲੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਜਿਸ ਭਰਾ ਉਹਨਾਂ ਵੀ ਭਾਈ ਸ਼ਾਨ ਲੈ ਨਹੀਂ ਜਾਣੀ ਹੈ ਅੱਲਾਹ ਉਹਦਾ ਨਸੀਬ ਕਰੇ ਕਦੇ ਲੂਹ ਵੀ ਨਹੀਂ ਪੱਟ ਕੇ ਦੇਣ ਲੱਗਾ ਵੈਰੀ ਗੁੱਡ ਜਨਾਬ ਔਰ ਮੂੰਹ ਕਿਹੜੇ ਝੋਟੀ ਮੂੰਹ ਚ ਛਿੱਗੀ ਆ ਭਾਈ ਸ਼ਾਨ ਲੋ ਜੀ ਮੂੰਹ ਚ ਛਿੱਗੀ ਦੇ ਮਗਰ ਕੱਟਿਆ ਨਾ ਇਹਦੇ ਮਗਰ ਕੱਟਾ ਸੇ ਪਰਸੋਂ ਸੂਈ ਆ ਭਾਈ ਬਲਾਲਾ ਤੁਕਾਣਾ ਠੀਕ ਹੈ ਪੂਰੇ ਇਹ ਨਹੀਂ ਚੁੱਕੇ ਕੈਸੀ ਦੇ ਝੋਟੀ ਨੇ
ਚੁੱਕਿਆ ਤੀਸਰਾ ਦਿਨ ਮਾਸ਼ਾਅੱਲਾ ਜਨਾਬ ਤੀਸਰਾ ਦਿਨ ਜਨਾਬ ਝੋਟੀ ਨੂੰ ਸੋਏ ਆ ਘੋੜੇ ਵਿੱਚ ਜਿਹੜਾ ਨਾ ਹਾਜ਼ਰ ਝੋਟੀ ਝੋਟੀ ਹੈ ਮਲਿਕ ਸਾਹਿਬ ਕੀ ਬੋਲਾ ਇਸ ਟਾਈਮ ਝੋਟੀ ਕੋਲਿਆ ਭਾਈ ਸ਼ਾਹ ਹਾਜ਼ਰ ਮੌਜੂਦ ਵੀ 12-13 ਕਿਲੋ ਬੋਲਾ ਹੋਵੇ ਤਾਂ ਝੋਟੀ ਕੋਲ ਠੀਕ ਹੋ ਗਿਆ ਜਨਾਬ ਠੀਕ ਹੈ ਚਾਰ ਚਵਾਈਆਂ ਕੀਤੀਆਂ ਨੇ ਇਹਦੀਆਂ ਪੰਜਵੀਂ ਹੁਣ ਕਰਨੀ ਹੈ ਲੋ ਜੀ ਚਾਰ ਚਵਾਈਆਂ ਕਰਕੇ 12-13 ਕਿਲੋ ਖਾਣੇ ਤੱਕਣਾ ਕਰਮਾਲੀ ਦਾ ਵੀ ਦੋਹਰਾ ਤੇ ਕੰਮ ਭਾਰ ਕੇ ਖੀਦਾ ਤਾਂ ਪਸਮ ਕੇ ਥਣ ਕੱਢੇ ਦੀ ਆਪਣੇ ਹੋਸ਼ ਦੀ ਬੰਦੇ ਦੀ ਸੋਚ ਦੀ ਵੀ ਜ਼ਿਆਦਾ ਜੀ ਬਿਲਕੁਲ ਤੇ ਫਿਰ ਸੋਣਾ ਦੋਵੇਂ ਅੱਖਾਂ ਜਿਹੜੀਆਂ ਨੇ ਨਾ ਨਾ ਅੱਖਾਂ ਭਾਈ ਸ਼ਾਨ ਤਾਂ ਹੁਸਨ ਹੈ ਜਿਹੜਾ ਆਇਆ ਤਾਂ ਉਂਝ ਫਿਰ ਅੱਲਾਹ ਕੋਲੋਂ ਮੰਗ ਕੇ ਲਿਆ ਸੀ ਜੀ ਬਿਲਕੁਲ ਜੀ ਮਾਸ਼ਾਅੱਲਾ ਜੀ ਹੁਸਨ ਨਸਲ ਨੂਰ ਔਰ ਮਾਸ਼ਾਅੱਲਾ ਜੀ ਥਣ ਦੇ ਲਿਬਾਸ ਜਿਹੜਾ ਹੈ ਨਾ ਇਹ ਝੋਟੀ ਦਾ ਚੈੱਕ ਕਰਨਾ 12-13 ਕਿਲੋ ਜਿਹੜਾ ਹੈ ਨਾ ਗੋਲੇ ਵਿੱਚੋਂ ਵੈਦਾ ਦੁੱਧ ਫੁੱਟਿਆ ਦਾ ਭਾਈ ਸ਼ਾਨ ਹੈ ਜੀ ਦੁੱਧ ਦੀ ਚਾਹ ਬਣੇ ਤੇ ਪੈਸਿਆਂ ਦਾ ਹੱਕਦਾਰ ਨਹੀਂ ਹੈ ਮਾਸ਼ਾਅੱਲਾ ਤੇ ਫਿਰ ਪੁੱਠੇ ਦੀ ਚੜਾਈ ਚੈੱਕ ਕਰਨੀ ਹੈ ਜਿੰਨਾ ਪੁੱਠਾ ਝੋੜਿਆ ਨਾ ਮੈਂ ਲਿਬਾਸ ਮਾਈ ਦੇ ਥੱਲੇ ਕੁਛ ਵੀ ਨਹੀਂ ਜੇ ਭਾਈ ਸ਼ਾਨ ਹੈ ਠੀਕ ਹੈ ਅੱਜ ਦੀ ਦਿਹਾੜਿਆਂ ਦਸਾਂ ਬਾਅਦ ਜੇ ਕਹਿ ਕੇ ਇਹਦੇ ਦੀ ਡੱਬਲ ਲਿਬਾਸ ਹੋਵੇ ਠੀਕ ਹੈ 1.5 ਫੁੱਟ ਚੌੜਾ ਲਿਬਾਸ ਹੋਵੇ ਜੀ ਸਹੀ ਹੈ ਤੇ ਬਾਕੀ ਲਿਬਾਸ ਦਾ ਥਣਾ ਦੀ ਵੰਡ ਅੱਲਾ ਦੇ ਹੁਕਮੇ ਨਾਲ ਐਡੇ ਖੁੱਲੇ ਲਿਬਾਸ ਪਹਿਨਣਾ ਮਿੱਝਾਂ ਨੂੰ ਘੱਟ ਲੱਗਦੇ ਨੇ ਮਾਸ਼ਾਅੱਲਾ ਜੀ ਰੋਜ਼ ਨਹੀਂ ਲੱਭਦੇ ਰੋਜ਼ ਨਹੀਂ ਲੱਭਦੇ ਤੇ ਨਸੀਬਾਂ ਨਾਲ ਜਨਾਬ ਲੱਭਦੀਆਂ ਨੇ ਫਿਰ ਥਣ ਚਾਰੇ ਜਿਹੜਾ ਹੈ ਨਾ ਇਹਦੇ ਬਰਾਬਰ ਔਰ ਚਵਾਈ ਸੋਹਣੀ ਕੋਈ ਓਲ ਨਹੀਂ ਕਰਨੀ ਕੋਈ ਲੱਤ ਨਹੀਂ ਲਾਣੀ ਭਾਈ ਸ਼ਾਨ ਠੀਕ ਹੋ ਗਿਆ ਠੀਕ ਹੈ ਕੋਈ ਵੰਗੇ ਦੀ ਜ਼ਰੂਰਤ ਨਹੀਂ ਨਾ ਨਾ ਵੰਗੇ ਦੀ ਲੋੜ ਹੀ ਕੋਈ ਨਹੀਂ ਹੈ ਕਿ ਵੈਰੀ ਗੁੱਡ ਜੀ ਪਹਿਲਾਂ ਝੋਟੀ ਮੂੰਹ ਚ ਛਿੱਕੀ ਬੱਚਾ ਜਨਾਬ ਕੱਟਾ ਛੱਡ ਕੇ ਥਾਪੜਾ ਮਾਰ ਕੇ ਜਿਹੜਾ ਹੈ ਨਾ 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 ਕੋਈ ਓਲ ਨਹੀਂ ਕਰਨੀ ਜਲੂਨ ਨਹੀਂ ਕਰਨੀ ਕਿਸੇ ਕਿਸਮ ਜੀ ਅੱਲਾਹ ਦੇ ਹੁਕਮ ਨਾਲ ਮਾਸ਼ਾਅੱਲਾ ਜਨਾਬ ਲੋ ਜੀ ਮਲਕ ਸਾਹਿਬ ਦੀ ਗ੍ਰੇਡ ਤੇ ਝੋਟੀ ਜਨਾਬ ਪਹਿਲਣ ਔਰ ਆ ਭਾਈ ਬਲਾਨ ਸਾਲਤਾ ਵੀ ਚੈੱਕ ਕਰਵਾਣੀਆਂ ਨੇ ਤਾਂ ਇਥੋਂ ਲੈਂਥ ਦਿਖਾ ਦੇਣੀ ਸਾਰੀ ਝੋਟੀ ਦੀ ਲੰਬਾਈ ਮੂੰਹ ਚ ਛਿੱਕੀ ਜਿਹੜਾ ਹੈ ਨਾ ਇਹ ਝੋਟੀ ਹੈ ਫਿਰ ਮੂੰਹ ਦੀ ਸਹੁ ਜਿਹੜਾ ਹੈ ਨਾ ਇਹ ਝੋਟੀ ਚੈੱਕ ਕਰਨੀ ਹੈ ਸਾਲਤਾ ਝੋਟੀ ਦੀਆਂ ਚੈੱਕ ਕਰਨੀਆਂ ਨੇ ਮਲਕ ਸਾਹਿਬ ਦੀ ਗ੍ਰੇਡ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਹੈ ਜਿੰਨੀਆਂ ਮੱਝਾਂ ਭਾਈ ਸ਼ਾਨ ਦੇ ਕੀਮਤੀਆਂ ਹੁੰਦੀਆਂ ਨੇ ਠੀਕ ਹੈ ਮੁੱਲਾਂ ਨਾਲ ਨਹੀਂ ਲੱਭਦੀਆਂ ਇਹ ਨਸੀਬਾਂ ਨਾਲ ਲੱਭਦੀਆਂ ਗੱਲ ਇਹ ਆ ਵੀ ਅਸੀਂ ਪਿਆਰ ਮੁਹੱਬਤ ਨਾਲ ਵੇਚ ਛੱਡਣੀਆਂ ਨੇ ਜਿੱਥਾਂ ਜਿਸ ਤਰ੍ਹਾਂ ਹੀ ਲਈਆਂ ਨੇ ਠੀਕ ਹੋ ਗਿਆ ਠੀਕ ਹੈ ਜਿੰਨੀਆਂ ਮੱਝਾਂ ਦੇ ਮੁੱਲ ਕਰੀਏ ਤਾਂ ਮੁੱਲ ਬੰਦਿਆਂ ਨੂੰ ਆਉਂਦਾ ਹੀ ਨਹੀਂ ਠੀਕ ਹੈ ਤੇ ਇਨਸ਼ਾਅੱਲਾ ਮੁੱਲ ਤੁਸੀਂ ਵੀ ਸੁਣੋਗੇ ਤਾਂ ਮੁੱਲ ਨਾ ਦੇ ਮੱਝੀ ਵੈਰੀ ਗੁੱਡ ਜੀ ਮੁੱਲ ਸੁਣ ਕੇ ਸਵਾਦ ਆਵੇਗਾ ਮੁੱਲ ਇਸ ਵੀਡੀਓ ਦਾ ਆਵੇਦਾ ਪਹਿਲੇ ਮੱਝ ਦੇ ਅਸੀਂ ਆਸ਼ਿਕ ਆ ਠੀਕ ਹੈ ਸਾਨੂੰ ਇਸ ਗੱਲ ਦਾ ਪਤਾ ਵੀ ਮੱਝ ਹਫਤੇ ਬਾਅਦ ਕੀ ਹੋਣੀ ਹੈ ਪਹਿਲਾਂ ਜੀ ਠੀਕ ਹੈ ਜਿਸ ਦਿਹਾੜੇ ਇਹਨਾਂ ਖੁਰਾਕ ਤਾਂ ਲੱਗਣਾ ਨਾ ਬੋਲੇ ਚੋਂ ਨਿਕਲਣਾ ਤੇ ਜਿਉਂ ਜਿਉਂ ਚੁਆਈ ਹੋਣੀ ਹੈ ਇਹਨਾਂ ਹਰ ਚੁਆਈ ਨਾਲ ਇੰਜੇ ਹੀ ਵਧਣਾ ਜਿੱਕਣ ਫੁੱਟਬਾਲ ਚ ਵਾ ਨਹੀਂ ਭਰੀ ਦੀ ਜੀ ਬਿਲਕੁਲ ਇੰਜੇ ਹੀ ਵਧਣਾ ਕਿ ਜਿਉਂ ਜਿਉਂ ਉਹ ਪੰਪ ਵਾਈ ਦੇ ਰਿਹਾ ਕਿਉਂ ਕਿ ਖੀਰਾ ਮਾਈ ਨਾ ਵਧਣਾ ਜਿਹੜਾ ਨਾ ਕਿ ਥੋੜੇ ਕਿੱਲਾ ਬਣਾ ਵਾਲੀਆਂ ਮੱਝਾਂ ਨਹੀਂ ਵਧਦੀਆਂ ਜਿਹੜੀਆਂ ਮੱਝਾਂ ਪਹਿਲਣਾ ਮੜੋ ਚਵਾਈਆਂ ਦਾ ਮੱਝਾਂ ਵਧਦੀਆਂ ਲੱਗੀਆਂ ਮਾਸ਼ਾਅੱਲਾ ਤੇ ਫਿਰ ਪਹਿਲਣ ਦਾ ਕਿਸੇ ਨੇ ਅੰਸ਼ ਨਹੀਂ ਪਾਇਆ ਨਹੀਂ ਪਾਇਆ ਇਹਦੀ ਆਖ ਜਿਹੜੀ ਹੈ ਨਾ ਕੋਈ ਨਹੀਂ ਆ ਕਿ ਗ੍ਰੇਟ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਹੀ ਨਹੀਂ ਭਾਈ ਜਾਨ ਮੁੱਲ ਲਾਣ ਅਸ ਬਿਲਕੁਲ ਫਿਕਸ ਜਿਹਾ ਕਰਕੇ ਤਾਂ ਇੱਕ ਹੀ ਗੱਲ ਕੀਤੀ ਹੈ ਪਹਿਲਾਂ ਪੈਸੇ ਉਹ ਹੀ ਲਾਣੇ ਜਿਹੜੇ ਲੈ ਲੈਣੇ ਠੀਕ ਹੈ ਠੀਕ ਹੈ ਐਸਾ ਇਹ ਮਾਜ ਨੂੰ ਖਲਾ ਹੋਏਗਾ ਬੱਚਿਆਂ ਤੇ ਲੋ ਜੀ ਮਲਕ ਸਾਹਿਬ ਸਾਹਿਬ ਲਾ ਅਸ ਪੱਲੇ ਆਣ ਕੇ ਮਾਜ ਨੂੰ ਪੂਰਾ ਇੱਕ ਵਾਰ ਦਿਖਾਓ ਇਹ ਜਿਸ ਭਰਾ ਨੂੰ ਭਾਈ ਸਾਹਿਬ ਪਸੰਦ ਆਈ ਨਾ ਠੀਕ ਹੈ ਕੋਈ ਲੰਮਾ ਮੁੱਲ ਨਹੀਂ ਸੌਣ ਲਗਾ ਮੁੱਲ ਲਾਣ ਦਾ 7.5 ਲੱਖ ਹੈ ਜਾਂ 7,85,000 ਹੈ ਜਿਤਨੇ ਦੀ ਮਾਜ ਹੈ ਲੇਕਿਨ ਉਹ ਗੱਲ ਨਹੀਂ ਕਰਨੀ ਕੋਈ ਗੱਲ ਹੀ ਨਹੀਂ ਕਰਨੀ ਹੈ ਲੰਮੀ ਜੀ ਬਿਲਕੁਲ ਜਨਾਬ ਗੱਲਾਂ ਹੋਣੀਆਂ ਨੇ ਫਾਈਨਲ ਜਿਸ ਭਰਾ ਨੂੰ ਵੀ ਭਾਈ ਸਾਹਿਬ ਪਸੰਦ ਆਈ ਝੋਟੀ ਮੇਰੀ ਹੈ ਠੀਕ ਹੈ ਇਹ ਵੀ 6 ਲੱਖ ਤੇ 35
ਹਜ਼ਾਰ ਦੀ ਦੇਣੀ ਆ, ਘੱਟ ਨੀ ਦੇਣੀ ਤੇਰੇ ਤੋਂ। ਇਹ 6,35,000 ਦੋ ਗਈਆਂ ਨੇ, ਇੱਕ ਮੁੱਲ ਦੀ। ਮਾਸ਼ਾਅੱਲਾ ਜਨਾਬ, ਕੱਲ ਨੂੰ ਝੋਟੀ ਜਿਸ ਭਰਾ ਨੂੰ ਪਸੰਦ ਆਵੇ ਨਾ, ਇਹ 6,35,000 ਰੁਪਏ ਦੀ ਔਰ ਆਏ ਬੰਦੇ ਦੀ ਕਟਰ ਔਰ ਵਿਆਹ ਤੋਂ ਬਜਟ ਹੈ ਨਾ, ਤੇ ਜ਼ਰੂਰ ਹੋਵੇਗਾ ਲੋ ਜੀ। ਅੱਗੇ ਕੋਲੋਂ ਜੀ ਨੰਬਰ ਜਿਹੜੀ ਹੈ ਨਾ 5 ਆ ਤਾਂ ਮੱਝਾਂ ਤੱਕ ਕੇ ਮੇਰੀਆਂ ਤਬੀਅਤ ਖੁਸ਼ ਹੋਵੇ ਬੰਦਿਆਂ ਦੀ, ਭਰਾਵਾਂ ਦੀ। ਮੇਰਾ ਮਾਸ਼ਾਅੱਲਾ ਦਾ ਕਮੈਂਟ ਕਰ ਦੇਣ, ਇੰਜ ਦੀਆਂ ਮੱਝਾਂ ਦਾ ਕਰਮਾ ਲਓ, ਦੂਜਾ ਸੂਆ ਲਾਇਆ ਦੀ ਝੋਟੀ ਠੀਕ ਹੋ ਗਿਆ ਜੀ। 7 ਮਹੀਨਿਆਂ ਦੀ ਗੱਬਣ ਹੈ, ਅੱਜ 7 ਮਹੀਨਿਆਂ ਚੋਂ 20 ਡੰਗ ਦੇ ਬਾਈ ਚੱਲੇ ਗਏ ਨੇ, 8 ਦਿਨਾਂ ਬਾਅਦ ਇਹਨੂੰ 8ਵਾਂ ਮਹੀਨਾ ਸ਼ੁਰੂ ਹੋ ਜਾਣਾ ਜੀ। ਠੀਕ ਹੋ ਗਿਆ, ਸਮਝ ਗਿਓ? ਠੀਕ ਹੈ ਭਰਾਵਾਂ ਨਾਲ, ਚਲੋ ਜਿਤਨੀ ਹੈ ਜੋ ਵੀ ਹੈ ਸਾਰੀ ਭਰਾਵਾਂ ਦੇ ਸਾਹਮਣੇ ਆ ਗਈ ਹੈ ਜੀ, ਬਿਲਕੁਲ ਜਨਾਬ। ਠੀਕ ਹੈ, ਥਣਾਂ ਦੀ ਸਾਫ਼ ਹੋਵੇ, ਦੀ ਦੰਦਾਂ ਦੀ ਕੋਈ ਟੈਨਸ਼ਨ ਨੀ ਕਿਸੇ ਕਿਸਮ ਦੀ। ਠੀਕ ਹੋ ਗਿਆ ਜਨਾਬ। ਠੀਕ ਹੈ ਮਲਕ ਸਾਹਿਬ, ਇਹ ਪੈਕੇਜ ਹੀ ਹੈ, ਬਰੀਕ ਬਰਾਕ ਹੈ, ਸੋਹਣੀ ਸਲਾਕ ਹੈ। ਚਲੋ ਜਿਸ ਬੰਦੇ ਨੇ ਭਾਈਚਾਰ ਰੱਖ ਲੈਣੀ ਹੈ ਨਾ, ਜਿਹਨੇ ਮਿਹਨਤ ਕਰਨੀ ਹੈ, ਇਹਨਾਂ ਪੈਸਿਆਂ ਦੀ ਕੋਈ ਚੀਜ਼ ਲੱਭਦੀ ਕੋਈ। ਵੈਰੀ ਗੁੱਡ ਜਨਾਬ, ਜਿਹੜਾ ਇਹਦਾ ਮੁੱਲ ਲੱਗਣਾ, ਮੁੱਲ ਬਿਆਨਾ ਵੀ ਇੰਜੇ ਹੀ ਲੱਗੇਗਾ, ਜਿਗਰ ਪੈਕੇਜ ਹੀ ਹੁੰਦੇ ਨੇ ਜੀ। ਠੀਕ ਹੋ ਗਿਆ ਮਲਕ ਸਾਹਿਬ, ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ? 8ਵੇਂ ਮਹੀਨੇ ਚ ਦਿਹਾੜਿਆ 7 ਨੂੰ ਵੜਨਾ। ਠੀਕ ਹੈ, ਠੀਕ ਹੈ, ਤੇ ਮੱਝ ਦੇ ਸਕਣੀ ਹੈ ਭਾਈ, ਜਿਸ ਭਰਾ ਨੂੰ ਪਸੰਦ ਆਵੇ ਫਾਈਨਲ ਜੀ। 2,30,000 ਝੋਟੀਆਂ ਜਨਾਬ ਆਸੜੀਆਂ ਨੇ, ਜਿਹੜੀ ਜਿਹੜੀ ਪਸੰਦ ਆਵੇ ਨਾ, ਮਲਕ ਸਾਹਿਬ ਨਾਲ ਰਾਬਤਾ ਕਰ ਲੈਣਾ ਤੇ ਬਾਕੀ ਅੱਲਾ ਪਾਕ ਰੱਖੇ ਖੈਰ। ਜਿੱਥੇ ਜਿੱਥੇ ਵੀ ਭਰਾ ਪੈ ਕੇ ਵੀਡੀਓ ਵੇਖਦੇ ਹੋ, ਹੱਸਦੇ ਰਹੋ ਤੇ ਵੱਸਦੇ ਰਹੋ। ਇਸੇ ਵੀਡੀਓ ਦੇ ਨਾਲ ਜਨਾਬ ਦਿਓ ਇਜਾਜ਼ਤ, ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਮਲਕ ਸਾਹਿਬ ਨਾਰਾ ਮਾਰਨਾ ਜਨਾਬ, ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।